ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਹਾਂ ਗੁਰਪ੍ਰੀਤ ਸਿੰਘ ਸੰਧਵਾਲੀਆ। ਉਹ ਜਦੋਂ ਅਸੀਂ ਹਰ ਰੋਜ਼ ਬੈਠੇ ਗੱਲਾਂ ਕਰਦੇ ਆ ਨਾ ਤੇ 24 ਘੰਟਿਆਂ 'ਚ ਕਈ ਵਾਰ ਐਂ ਲੱਗਦਾ ਹੁੰਦਾ ਪਿਆਰ ਕਿਹੜਾ ਕੁਝ ਬਦਲ ਗਿਆ। ਪਰ ਕਈ ਵਾਰਾਂ ਕਿਹੜਾ ਕੁਝ ਬਦਲ ਗਿਆ ਤੇ ਜਦੋਂ ਹਿਸਾਬ ਕਰਨ ਬੈਠੀਦਾ ਫੇਰ ਉਹਦੇ 'ਚ ਦਿਨ, ਮਹੀਨੇ, ਸਾਲ ਤੇ ਇਵਨ ਦਹਾਕੇ ਲੰਘ ਜਾਂਦੇ ਤੇ ਉਹਨਾਂ ਦਹਾਕਿਆਂ 'ਚ ਕਈ ਸਰਕਾਰਾਂ ਕਈ ਲੀਡਰ ਵੀ ਲੰਘੇ। ਤੇ ਜੇ ਉਹ ਸਾਰਾ ਕੁਝ ਚੱਲੀ ਜਾਂਦਾ ਸਾਰਿਆਂ ਦਾ ਸਭ ਕੁਝ ਬਣੀ ਜਾਂਦਾ ਤੇ ਫਿਰ ਪੰਜਾਬ ਦਾ ਕਿਉਂ ਨਹੀਂ ਵੜਦਾ ਇਹ ਕਈ ਵਾਰ ਗੱਲ ਫਿਕਰ 'ਚ ਸਤਾਉਂਦੀ ਹੁੰਦੀ ਆ। ਅੱਜ ਨੂੰ ਥੋੜਾ ਜਿਹਾ ਖੋਲਾਂਗੇ ਪਹਿਲਾ ਆਪਾਂ whatsapp ਦਾ ਸਵਾਗਤ ਕਰਦੇ ਹਾਂ ਕੀ ਹਾਲ whatsapp ਚਰਦੀ ਕਲਾ ਸੰਧਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਰੇ 세ਤਾ 세ਤਾ ਕਮਾਲ ਇਹ ਵਧੀਆ ਕਮਾਲ ਢੱਲਾ ਉਹ ਦੰਦਾ ਨਹੀਂ ਕਮਾਲ ਤਾਂ ਢੱਲਾ ਹੋਣਾ ਹੀ ਆ ਮੈਂ ਇਸ ਕਰਕੇ 세ਤਾ ਕਮਾਲ ਕਹਿੰਆਂ ਕੋਈ ਪਤਾ ਨਹੀਂ ਹੁੰਦਾ ਦਾ ਲੱਗਣ ਦਾ ਸੰਧਾਲੀਆ ਸਾਹਿਬ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 5-7 ਸਾਲਾਂ 'ਚ ਦਾ ਹੀ ਲੱਗੇ ਆ ਹੁਣ ਮੈਂ ਸੋਚਦਾ ਸੀ ਕਿ ਪੰਜਾਬ ਦੇ ਵਿੱਚ ਦੇਖੋ ਕਿੰਨੀਆਂ ਪੋਸਟਾਂ ਕੋਈ ਅੱਧੀ ਖਾਲੀ ਕੋਈ ਪੂਰੀ ਖਾਲੀ ਕਿ ਪੰਜਾਬ ਦੇ ਵਿੱਚ ਜਾਖੜ ਸਾਹਿਬ ਹੁਣ ਪਤਾ ਨਹੀਂ ਅਸਤੀਫਾ ਦੇ ਗਿਆ ਨਹੀਂ ਦੇ ਗਿਆ ਕਿੱਥੇ ਗੱਲ ਆ ਕੋਈ ਆਪਾਂ ਉਧਰ ਨੂੰ ਜਾਂਦੇ ਨਹੀਂ ਯਾਨੀ ਬੀਜੇਪੀ ਦੀ ਪ੍ਰਧਾਨਗੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹ ਚੁੱਪ ਕਰਕੇ ਬੈਠੇ ਕਿਉਂਕਿ ਤਨਖਾਹੀਆ ਕਰਾਰ ਨਹੀਂ ਆਮ ਆਦਮੀ ਪਾਰਟੀ ਵਾਲੇ ਪਾਸੇ ਉਹ ਕਹਿੰਦੇ ਜੀ ਦਿੱਲੀ ਵਾਲੇ ਨੇ ਪਤਾ ਨਹੀਂ ਕੀ ਕਰ ਦੇਣਾ ਕਿੰਨੀਆਂ ਹੀ ਤਾਂ ਪੋਸਟਾਂ ਖਾਲੀ ਹੋਣ ਨੂੰ ਫਿਰਦੀਆਂ ਫਿਰ ਹੁਣ ਚੜਦੀ ਕਲਾ ਚ ਨਾ ਹੋਏ ਤਾਂ ਫਿਰ ਕਦੋਂ ਹੋਏ ਨਹੀਂ ਇੱਕ ਨਾ ਉਹ ਜਿਹੜੀ ਪੁਰਾਣੀ ਕਹਾਣੀ ਨਹੀਂ ਸੁਣਾਉਂਦੇ ਹੁੰਦੇ ਵੀ ਉਹ ਯਾਨੀ ਆਪੋ ਜਿਹਦਾ ਹੈ ਮਾਂ ਆਪਣੀ ਨੂੰ ਮਾਦਾ ਇਹ ਲੰਬੜਾ ਲਈ ਕਿੰਮ ਲੰਬੜਦਾਰ ਬਣਦਾ ਤੇ ਐਦਾਂ ਕਿਦਾਂ ਜੇ ਲੰਬੜ ਮਰ ਜੇ ਫੇਰ ਹਨਾ ਹੁੰਦਾ ਕੋਈ ਨਹੀਂ ਪੁੱਤ ਉਹਦਾ ਮੁੰਡਾ ਬਣ ਜੂ ਅੱਛਾ ਤੇ ਵੀਰ ਜੀ ਉਹਦਾ ਵੀ ਉਹ ਵੀ ਮਰ ਜੇ ਤੇ ਫੇਰ ਕੌਣ ਆਉਂਦਾ ਕੋਈ ਨਹੀਂ ਪੁੱਤ ਉਹ ਭਰਾ ਬਣ ਜੂਦਾ ਹਨਾ ਇਹ ਗਿਣਦਿਆਂ ਗਿਣਦਿਆਂ ਜਦੋਂ ਉਹਨੇ ਵਾਵਾ ਜਾਨੇ ਮਾਰਤੇ ਤੇ ਉਹਨੇ ਹੱਕ ਕੇ ਆਖਿਆ ਹੈ ਵੀ ਪੁੱਤ ਭਾਵੇਂ ਸਾਰਾ ਪਿੰਡ ਮਰ ਚੁਕਿਆ ਮਰਨਿਆ ਵੀ ਅਸੀਂ ਤਾਂ ਐ ਮੈਂ ਕਿਹਾ ਵੀ ਉਹ ਜਿਹੜੀਆਂ ਕੁਰਸੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਤੱਕ ਆਪਣੀ ਵਾਰੀ ਨਹੀਂ ਆਉਣੀ ਨਹੀਂ ਨਹੀਂ ਆਪਣੀ ਆਪ ਨਹੀਂ ਮੈਂ ਤੁਹਾਡੀ ਗੱਲ ਕਰਦਾ ਉਹਨੇ ਮੇਰੀ ਆਪਣੀ ਕਿੱਥੇ ਆਉਣੀ ਕਿ ਤੁਸੀਂ ਚਲ ਗਿਆ ਮੈਂ ਤਾਂ ਨਾਲ ਉਹਦੀ ਕਾਗਜ਼ ਪਤਰ ਫੜਨੂ ਚਲੇ ਹੀ ਜਾਣਾ ਉਹਨੇ ਮੈਨੂੰ ਪਤਾ ਹੀ ਐਵੇਂ ਤੁਸੀਂ ਮੈਨੂੰ ਗੱਲੀਵਾਤੀ ਪੰਪ ਦੇ ਛੜਦੇ ਮੈਂ ਤਾਂ ਕੀ ਨਾ ਸੋਚਦਾ ਨਾ ਵੀ ਮੈਨੂੰ ਤੇ ਸੁਬਨਾ ਵੀ ਆਉਂਦਾ ਕੁਰਸੀ ਦਾ ਇਹਦੇ ਰੋਜ਼ ਬੰਦਾ ਚੇਤੇ ਕਰਦਾ ਹੋਵੇ ਕਿ ਵੀਰਾਂ ਆਉਣਾ ਤੇ ਚਾਹੀਦਾ ਸੰਧਾਲੀਆ ਸਭ ਸੁਪਨਾ ਉਹਨ ਤੁਹਾਨੂੰ ਕਹਾਦਾ ਸੁਪਨਾ ਹਣਾ ساری ਉਮਰ ਕੁਰਸੀ ਤੇ ਰਹੇ ਹੋ ਹੁਣ ਵੀ ਦੇ ਗਈ ਹੁਣ ਵੀ ਕੁਰਸੀ ਨਹੀਂ ਅੱਛਾ ਇੱਕ ਚੀਜ਼ ਹੈ ਮੈਨੂੰ ਹੋਰ ਦੱਸੋ ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਮੁੱਦਾ ਨਹੀਂ ਹੈ ਬਾਕੀ ਨਹੀਂ ਬਚਿਆ ਜਣੀ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਕਿਉਂਕਿ ਜੇ ਕਿਸੇ ਸੂਬੇ ਦੇ ਵਿੱਚ ਸਮੱਸਿਆਵਾਂ ਹੋਣ ਤਾਂ ਸੂਬੇ ਦੇ ਜਿਹੜੇ ਲੀਡਰ ਨੇ ਜਿਹੜੇ ਲੀਡ ਕਰਦੇ ਆ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਫਿਰ ਉਹਨਾਂ ਦਾ ਧਿਆਨ ਤਾਂ ਸਮੱਸਿਆਵਾਂ ਵੱਲ ਹੋਵੇ ਕੋਈ ਮੁੱਦਾ ਨਹੀਂ ਬਚਿਆ ਹੋਣਾ ਇਸੇ ਕਰਕੇ ਅਕਾਲੀ ਆਪਸ ਵਿੱਚ ਲੜ ਰਹੇ ਦੋ ਦੋ ਧੜੇ ਬਣੇ ਆ ਕੋਈ ਮੁੱਦਾ ਨਹੀਂ ਬਚਿਆ ਹੋਣਾ ਇਸੇ ਕਰਕੇ ਕਾਂਗਰਸ ਪਾਰਟੀ ਦੇ 4-5 ਲੀਡਰ ਇੱਕ ਦੂਜੇ ਤੋਂ ਅੱਗੇ ਵਧਣ ਨੂੰ ਕਾਲੇ ਨੇ ਕੋਈ ਮੁੱਦਾ ਨਹੀਂ ਬਚਿਆ ਹੋਣਾ ਇਸੇ ਕਰਕੇ ਬਹੁਤ ਸਾਰੇ ਪੰਜਾਬ ਦੇ ਲੀਡਰ ਜਿਹੜੇ ਆ ਉਹ ਦਿੱਲੀ ਦੇ ਸਾਹਮਣੇ ਜਾ ਕੇ ਸਲੂਟ ਮਾਰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਸਾਨੂੰ 2.5 ਸਾਲ ਹੋ ਗਿਆ ਸੁਣਦਿਆਂ ਨੂੰ ਪਤਾ ਹੀ ਨਹੀਂ ਲੱਗਾ ਅਜ ਤੱਕ ਰਾਜ ਪੰਜਾਬ ਤੋਂ ਚੱਲਦਾ ਕਿ ਦਿੱਲੀ ਤੋਂ ਚੱਲਦਾ ਜਣੀ ਇਹ ਸਾਰੀਆਂ ਗੱਲਾਂ ਤੋਂ ਉਦੋਂ ਆ ਸਕਦੀਆਂ ਜਦੋਂ ਬੰਦਾ ਵਿਹਲਾ ਹੋਵੇ ਜਦੋਂ ਪੀਣ ਵਾਲਾ ਸਾਫ਼ ਪਾਣੀ ਮਿਲ ਗਿਆ ਬਾਕੀ ਸਾਰਾ ਕੁਝ ਹੋ ਗਿਆ ਖੇਤੀਬਾੜੀ ਸੋਹਣੀ ਚੱਲਦੀ ਹੈ ਪਰ ਜੇ ਪੰਜਾਬ 'ਚ ਮੁੱਦਾ ਹੈਗਾ ਲੀਡਰ ਮੁੱਦਿਆਂ ਦੇ ਉੱਤੇ ਨਹੀਂ ਆ ਰਿਹਾ ਲੀਡਰ ਮੁੱਦਿਆਂ ਦੀ ਤਾਂ ਗੱਲ ਹੀ ਨਹੀਂ ਕਰਦੇ ਜਦੋਂ ਲੀਡਰ ਮੁੱਦਿਆਂ ਦੀ ਗੱਲ ਨਹੀਂ ਕਰਦੇ ਤਾਂ ਫਿਰ ਸਾਨੂੰ ਤਾਂ ਕਰ ਹੀ ਲੈਣੀ ਚਾਹੀਦੀ ਹੈ ਨਾ ਲੀਡਰਾਂ ਨੇ ਵੀ ਨਾ ਮੈਨੂੰ ਲੱਗਦਾ ਹੁੰਦਾ ਵਾਰਸਾਬ ਕੇ ਵੀ ਇਹ ਜਿਹੜੇ ਮੁੱਦੇ ਨੇ ਪੰਜਾਬ ਦੇ ਇਹ ਸੰਦੂਕ 'ਚ ਰਜਾਈਆਂ ਨੂੰ ਸਾਹਮਣੇ ਰੱਖੇ ਆ ਹੂੰ ਸੀਜ਼ਨ ਆਉਂਦਾ ਫਰਨੇਲ ਦੀਆਂ ਗੋਲੀਆਂ ਵਾਹ ਕੇ ਹਾਂ ਸੀਜ਼ਨ ਆਉਂਦਾ ਉਦੋਂ ਕੱਢ ਲੈਂਦੇ ਆ ਦੋਕ ਦਿਨ ਧੁੱਪ ਲਾਉਂਦੇ ਆ ਉਦੋਂ ਬਾਅਦ ਸੀਜ਼ਨ ਮੁੱਕ ਜਾਂਦਾ ਤੇ ਫਿਰ ਜਾਈਆਂ ਸੰਭੀਆਂ ਜਾਂਦੀਆਂ ਮਤਲਬ ਜਦੋਂ ਵੋਟਾਂ ਦੀ ਗੱਲ ਚੱਲਦੀ ਹੈ ਉਦੋਂ ਪੰਜਾਬ 'ਚ ਨਸ਼ਾ ਵੀ ਦਿਸਦਾ ਹਰੀਕ ਨੂੰ ਦਿਸਦਾ ਉਦੋਂ ਪੰਜਾਬ ਦੀ ਰੇਤ ਬਜਰੀ ਬੜੀ ਮਹਿੰਗੀ ਲੱਗਦੀ ਹੈ ਪੰਜਾਬ ਦਾ ਨੌਜਵਾਨ ਜਿਹੜਾ ਉਹ ਬੇਰੁਜ਼ਗਾਰ ਵੀ ਦਿਸਦਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਤੁਰਿਆ ਜਾਂਦਾ ਵੀ ਜਾਂ ਤੱਕੇ ਖਾਂਦਾ ਵੀ ਦਿਸਦਾ ਪੰਜਾਬ ਦੀ ਕਿਸਾਨੀ ਉਹਨਾਂ ਨੂੰ ਖਤਮ ਨਜ਼ਰ ਆਉਂਦੀ ਆ ਕਿਸਾਨ ਫਾਇ ਲੀਂਦੇ ਨਜ਼ਰ ਆਉਂਦੇ ਆ ਮਜ਼ਦੂਰ ਭਾਈ ਚਰਾ ਵਿਚਾਰਾ ਤਰਾਸ ਦੀ ਚ ਨਜ਼ਰ ਆਉਂਦਾ ਬਿਨਾਂ ਦਾ ਹੋਇਆ ਕੁਛ ਨਹੀਂ ਮਤਲਬ ਅਣਗਿਣਤ ਮੁੱਦੇ ਨੇ ਇਵਨ ਕਈ ਮੁੱਦੇ ਤਾਂ ਐਸੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਲੈਣ ਦਾ ਨਾ ਕੋਈ ਨਾ ਪਰ ਲੀਡਰ ਨੂੰ ਬੜੇ 헤ਜਲੇ ਲੱਗਦੇ ਜਿਦਾ ਉਹ ਕਹਿੰਦੇ ਵੀ ਚੰਡੀਗੜ੍ਹ ਓਹੋ ਹੋ ਇਹ ਤੇ ਮਹਾਰਾਜ ਹੈ ਪੰਜਾਬ ਦਾ ਹੂੰ ਇਹ ਪਾਣੀ ਕਮਾਲ ਤੁਸੀਂ ਦੇਖਿਓ ਸੀ ਬੂੰਦ ਨਹੀਂ ਦੇਣੀ ਅਹੀਂ ਭਾਵੇਂ ਭਾਈ ਸਾਹਿਬ ਆਪ ਨਾ ਖੋਜੀ ਜਾ ਕੇ ਉਹਨਾਂ ਨੂੰ ਪਤਾ ਵੀ ਨਾ ਕੋ ਪਾਣੀ ਦਾ ਮੁੱਦਾ ਨਾ ਮਸਲਾ ਕਦੋਂ ਤੋਂ ਚੱਲੀਆਂ ਦਾ ਅਦਾਲਤਾਂ ਚ ਜੜਿਆ ਜਾਂਦਾ ਚੰਡੀਗੜ੍ਹ ਕਿ ਦੀ ਬੋਲ ਕੇਤ ਕਿਹਨਾਂ ਦੀ ਇਹਦੇ ਨਾਲ ਵੀ ਜਾਂ ਤੁਸੀਂ ਬੋਲ ਕੇ ਲੈ ਲੈਣਾ ਉਹਦੇ ਲਈ ਜਾ ਕੁਝ ਕੀਤਾ ਉਹ ਵੀ ਉਹ ਵੀ ਕੋਈ ਜ਼ਿਕਰ ਨਹੀਂ ਮਤਲਬ ਅਣਗਿਣਤ ਮੁੱਦੇ ਨੇ ਪਰ ਉਹ ਮੁੱਦੇ ਉਹਨਾਂ ਕਚੇਰੀ ਨੇ ਜਿੰਨਾ ਕਚੇਰ ਜਾ ਉਹ ਆਪ ਵੋਟਾਂ ਚ ਖਲੋਤਿਆ ਜਾਂ ਕੋ ਨਾੜ ਦਾ ਖਲੋਤਾ ਜਿੱਦਣ ਨਤੀਜਾ ਆਇੰਦਾ ਉਸ ਦਿਨ ਐਂ ਕਠਾਈ ਕਰਕੇ ਰਜਾਈ ਫੇਰ ਸੰਦੂਕ ਚ ਮਾਰਦੇ ਆ ਤੂੰ ਕੌਣ ਮੈਂ ਕਹਾਂ ਸੰਧਾਲੀਆ ਸਭ ਦੇਖੋ ਮੈਨੂੰ ਪੂਰੀ ਆਸ ਹੈ ਕਿ ਲੀਡਰ ਮੁੱਦਿਆਂ ਤੋਂ ਪਰੇ ਜਾ ਰਹੇ ਆ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁੱਦਿਆਂ ਤੇ ਲੈ ਆਉਣਾ ਉਹ ਆਸ ਦਾ ਇੱਕ ਕਾਰਨ ਹੈ 1966 ਤੱਕ ਹਰਿਆਣਾ ਤੇ ਪੰਜਾਬ ਇਕੱਠੇ ਸੀ ਹਰਿਆਣਾ ਦੇ ਵਿੱਚ ਆ ਹੁਣੇ ਵੋਟਾਂ ਵਾਲਾ ਰੌਲਾ ਗਾਲਾ ਨੇ ਵੜਿਆ ਨਾ ਹੁਣ ਤੁਸੀਂ ਦੇਖੋ ਕਿ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਪਿਛਲੀਆਂ 5 ਚੋਣਾਂ ਦੇਖ ਲਓ ਇਸ ਵਾਰੀ ਦੀਆਂ ਛੱਡ ਕੇ 19 ਵਾਲੀਆਂ ਦੇਖ ਲਓ 19 ਤੋਂ ਪਹਿਲਾਂ ਵਾਲੀਆਂ 14 ਵਾਲੀਆਂ ਦੇਖ ਲਓ 9 ਵਾਲੀਆਂ ਦੇਖ ਲਓ 4 ਵਾਲੀਆਂ ਦੇਖ ਲਓ ਹਰ ਚੋਣ ਦੇ ਵਿੱਚ ਦੋ ਮੁੱਦੇ ਸਭ ਤੋਂ ਵੱਧ ਹੁੰਦੇ ਸੀ ਐਂ ਲੱਗਦਾ ਹੁੰਦਾ ਸੀ ਕਿ ਹਰਿਆਣੇ ਦੇ ਲੋਕਾਂ ਨੂੰ ਬਸ ਇਹਨਾਂ ਦੇ ਹੱਲ ਹੋਣ ਦੀ ਉਡੀਕ ਹੈ ਇੱਕ ਕਿ ਅਸੀਂ ਚੰਡੀਗੜ੍ਹ ਪੂਰਨ ਰੂਪ ਦੇ ਵਿੱਚ ਹਰਿਆਣੇ ਨੂੰ ਦਵਾ ਦੇਣਾ ਦੂਸਰਾ ਕਿ ਸਤਲੋ ਯਮਨਾ ਲਿੰਕ ਨਹਿਰ ਦੇ ਵਿੱਚ ਅਸੀਂ ਪਾਣੀ ਲਿਆ ਦੇਣਾ ਕੋਈ ਰੋਜ਼ਗਾਰ ਦੀ ਗੱਲ ਨਹੀਂ ਸੀ ਕਰਦਾ ਕੋਈ ਮਹਿੰਗਾਈ ਦੀ ਗੱਲ ਨਹੀਂ ਸੀ ਕਰਦਾ ਕੋਈ ਸਾਫ਼ ਪੀਣ ਵਾਲੇ ਪਾਣੀ ਦੀ ਗੱਲ ਨਹੀਂ ਸੀ ਕਰਦਾ ਕੋ ਖੇਡਾਂ ਦੀ ਕੋਈ ਸਿੱਖਿਆ ਦੀ ਕੋਈ ਨਹੀਂ ਸੀ ਗੱਲ ਕਰਦਾ ਇਹਦਾ ਇੱਕੋ ਚੀਜ਼ ਐਡ ਕਰਾਂ ਹਾਂਜੀ ਇਹ ਦੋਵੇਂ ਮੁੱਦੇ ਮਨ ਦੇ ਮਗਵੀ ਰਜਾਈ ਵਰਗੇ ਲੱਗਦੇ ਆ ਨਹੀਂ ਠੀਕ ਜਿਹੜੀ ਵਿਆਦ ਦੇਣ ਨੂੰ ਰੱਖੀ ਹੁੰਦੀ ਆ ਵੀ ਇਹ ਵੀ ਲੈ ਗਿਆ ਇਹਨਾਂ ਵੀ ਵਰਤ ਲਈ ਉਹ ਵੀ ਲੈ ਗਿਆ ਉਹਨਾਂ ਵਰਤ ਲਈ ਜਦੋਂ ਪੰਜਾਬ ਚ ਇਲੈਕਸ਼ਨ ਆ ਇਹ ਵਰਤ ਲੈਂਦੇ ਜਦੋਂ ਹਰਿਆਣੇ ਇਲੈਕਸ਼ਨ ਆ ਉਹ ਵਰਤ ਲੈਂਦੇ ਪਰ ਉਹ ਮੰਗ ਮਿਰ ਰਜਾਈ ਬਦਲਦੀ ਹਦਕੀ ਇਤਕਿ ਤੁਸੀਂ ਹਰਿਆਣੇ ਦੀ ਸਾਰੀ ਚੋਣ ਚ ਡੇਢ ਮਹੀਨਾ ਪ੍ਰਚਾਰ ਚੱਲਿਆ ਹਰਿਆਣੇ ਦੇ ਲੋਕਾਂ ਨੂੰ ਵਧਾਈ ਇਸ ਗੱਲ ਦੀ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਵਧਾਈ ਦੇਣੀ ਚਾਹਾਂਗੇ ਜੇ ਉਹ ਇਧਰਲੇ ਪਾਸੇ ਨੂੰ ਆ ਜਾਣ ਇੱਕ ਦਿਨ ਐਸਵਾਈਐਲ ਦੀ ਗੱਲ ਹੋਈ ਸਾਰੀ ਹਰਿਆਣੇ ਦੀ ਇਲੈਕਸ਼ਨ ਚ ਪਰ ਜਦੋਂ ਸਿਆਸਤਦਾਨਾਂ ਨੇ ਦੇਖਿਆ ਕਿ ਪਾਈ ਹਰਿਆਣੇ ਦੇ ਲੋਕ ਤਾਂ ਐਸਵਾਈਐਲ ਵਾਲੇ ਮੁੱਦੇ ਦੇ ਉੱਤੇ ਸਾਡੇ ਨਾਲ ਮੂੰਹ ਵੀ ਨਹੀਂ ਕਰਦੇ ਫੇਰ ਰੋਜ਼ਗਾਰ ਦੀ ਗੱਲ ਬੇਰੋਜ਼ਗਾਰੀ ਦੀ ਗੱਲ ਮਹਿੰਗਾਈ ਦੀ ਗੱਲ ਇਹਦੇ ਤੋਂ ਬਿਨਾ ਜੇ ਆਪਾਂ ਦੇਖੀਏ ਤਾਂ ਫੌਜ ਦੇ ਵਿੱਚ ਭਰਤੀ ਦੀ ਗੱਲ ਖੇਡਾਂ ਤੇ ਖਿਡਾਰੀਆਂ ਦੀ ਗੱਲ ਸਾਰੀ ਚੂਣ ਹਰਿਆਣੇ ਦੀ ਇਹਦੇ ਤੇ ਕੇਂਦਰਤ ਰਹੀ ਕਿਸੇ ਨੇ ਸਤਲੁਜ ਯਮਨਾ ਲਿੰਕ ਨੇਰ ਦਾ ਦਰਿਆਈ ਪਾਣੀਆਂ ਦਾ ਚੰਡੀਗੜ੍ਹ ਨੂੰ ਕਢੀ ਸਕੇ ਹਰਿਆਣੇ ਚਲੇ ਜਾਣ ਦੀ ਗੱਲ ਵੀ ਨਹੀਂ ਕੀਤੀ ਉਹਨਾਂ ਨੂੰ ਪਤਾ ਨਾ ਉਹਦੇ ਕੋ ਰਜਾਈ ਕਿਤੇ ਉਹ ਕਹਿੰਦੇ ਵੀ ਇੱਕ ਸੀਜ਼ਨ ਨਹੀਂ ਦੋ ਕੱਢ ਜੂਗੀ ਮੁੜ ਕੇ ਮਾਈਆਂ ਕਹਿੰਦੇ ਹਾਏ ਭੈਣ ਜੀ ਉਹ ਨਾਲ ਕੱਲੀ ਰਜਾਈ ਉਹਦਾ ਤੇ ਰਜਾਈ ਰਦਨਾ ਰੂਹ ਹੀ ਤੋੜ ਦਿੱਤਾ ਉਹਨਾਂ ਨੇ ਵਿਚਾਲਿਓ ਲੱਕ ਚੋਂ ਉਹ ਖਤਮ ਹੋ ਗਈ ਆ ਤੇ ਹੁਣ ਜੇ ਦੁਬਾਰਾ ਪੰਜਾ ਆ ਕੇ ਤੇ ਫਿਰ ਮਤਲਬ ਦੁਬਾਰਾ ਬਣਾਉਣੀ ਪੈਣੀ ਆ ਉਸਦਾ ਲੀਡਰਾਂ ਨੂੰ ਲੱਗਾ ਹੋਵੇ ਵੀ ਯਾਰ ਕਮਾਲ ਹੋ ਗਈ ਐ ਐਸਵਾਈਐਲ ਨਹਿਰ ਹੁਣ ਤੇ ਜੇ ਕਿਤੇ ਕੋਈ ਬੰਦਾ ਮਨ ਲੱਗਦਾ ਹੁੰਦਾ ਵੀ ਜਹਾਜ਼ ਤੇ ਵੀ ਲੰਗੇ ਹੈਲੀਕਾਪਟਰ ਤੇ ਵੀ ਲੰਗੇ ਤੇ ਉਹਨੂੰ ਕੋ ਆਖੇ ਨਾ ਵੀ ਥੱਲੇ ਮੈਨੂੰ ਲੱਭ ਕੇ ਵਿਖਾ ਪਈ ਐਸਵਾਈਐਲ ਨਹਿਰ ਕਿੱਥੇ ਜੇ ਪੈਂਦੀ ਐ ਹੋ ਸਕਦਾ ਉਹ ਵੀ ਆਖੇ ਵੀ ਯਾਰ ਮੈਨੂੰ ਰੋਖ ਰੱਖ ਜੇ ਦੀਦੇ ਐ ਕਿ ਤੇ ਐਸਵਾਈਐਲ ਨਹਿਰ ਨਹੀਂ ਦੇਦੀ ਨਹੀਂ ਐਦ ਕਿ ਤਾ ਉਹ ਤਾਂ ਰੂਹ ਹੀ ਤੋੜ ਦਿੱਤਾ ਲੋਕਾਂ ਨੇ ਆਹ ਮਤਲਬ ਕਹਿਣ ਤੋਂ ਇਹ ਆ ਵੀ ਇਹ ਜਿਹੜੀ ਚੀਜ਼ ਜੇ ਹਰਿਆਣੇ ਵਾਲਿਆਂ ਕੀਤੀ ਜਾਂ ਉਹਨਾਂ ਨੇ ਆਨਿਆੜੀ ਥਾਂ ਤੇ ਲੀਡਰ ਲਿਆਂਦੇ ਇਹਦੇ ਲਈ ਉਹ ਵਧਾਈ ਦੇ ਪਾਤਰ ਐ ਸੱਚੀ ਮੂਜੀ ਦੂਜੇ ਪਾਸੇ ਮ ਉਹਨਾਂ ਨੇ ਕੜੀਸ ਕੀ ਅੱਗੇ ਲਿਆਂਦੇ ਉਹਨਾਂ ਦੇ ਵਿੱਚ ਇੱਕ ਖੇਤੀ ਬਹੁਤ ਵੱਡਾ ਮੁੱਦਾ ਹਾਲਾਂਕਿ ਹਰਿਆਣੇ ਦੀ ਇਕਨੋਮੀ ਦੀ ਆਪਾਂ ਗੱਲ ਕਰੀਏ ਦਿੱਲੀ ਨਾਲ ਜਾਂ ਲੱਗਦਾ ਉੱਪਰ ਯੂਪੀ ਵਾਲੇ ਪਾਸੇ ਇੰਡਸਟਰੀ ਦੀ ਆਪਾਂ ਗੱਲ ਕਰ ਲਈਏ ਹੋਰ ਈਵਨ ਕਈ ਤਾਂ ਸ਼ਹਿਰ ਹੀ ਉਹਨਾਂ ਦੇ ਐਸੇ ਨੇ ਜਿੱਥੇ ਚੰਗੀ ਆਮਦਨ ਉਹਨਾਂ ਨੂੰ ਹੁੰਦੀ ਹੈ ਜੇ ਕੱਲੇ ਹਰਿਆਣੇ ਦੇ ਵਿੱਚੋਂ ਆਪਾਂ ਖੇਤੀ ਦੀ ਆਮਦਨ ਦੀ ਗੱਲ ਕਰੀਏ ਤੇ ਉਹ ਉਹਨਾਂ ਫਰਕ ਨਹੀਂ ਪਾਉਂਦੀ ਜਿੰਨਾ ਪੰਜਾਬ 'ਚ ਪਾਉਂਦੀ ਹੈ ਪਰ ਫਿਰ ਵੀ ਜੇ ਖੇਤੀ ਵਾਲੇ ਮੁੱਦੇ ਤੇ ਬਣਿਆ ਐਮਐਸਪੀ ਤੇ ਕੁਝ ਫਸਲਾਂ ਦੀ ਐਮਐਸਪੀ ਕੇਂਦਰ ਸਰਕਾਰ ਨੂੰ ਛੱਡ ਕੇ ਰਾ ਸਰਕਾਰ ਕਹਿੰਦੀ ਅਸੀਂ ਦੇਵਾਂਗੇ ਜਾਂ ਉਹਦੇ ਤੇ ਆਉਣ ਦੀ ਗੱਲ ਕਰਦੇ ਆ ਇਹ ਦਾ ਮੰਨ ਲਓ ਵਧਾਈ ਦੇ ਪਾਤਰ ਨੇ ਵੀ ਜੇ ਕੋ ਭਾਵੇਂ 2-4 ਸਾਲ ਪਹਿਲਾਂ ਮੁੱਦਾ ਚੱਲਿਆ ਹੋਈ ਸੀ ਸਿੱਲ ਪੰਜਾਬ ਚ ਰੇਲਾਂ ਸੜਕਾਂ ਰੁਕ ਰੀਆਂ ਨੇ ਉਹਦੇ ਤੇ ਕਿਸੇ ਨਾ ਕਿਸੇ ਨੂੰ ਗੱਲ ਤੁਰ ਲਈ ਮਜਬੂਰ ਤੇ ਕੀਤਾ ਉਹਨੂੰ ਸੰਧਾਲਿਆ ਸਭ ਇਹ ਇਹ ਤੁਸੀਂ ਚੰਗਾ ਹੋਇਆ ਨੁਕਤਾ ਚੁੱਕ ਲਿਆ ਹਨ ਕਈ ਵਾਰੀ ਤੁਸੀਂ ਨੁਕਤਾ ਮੁੱਦਾ ਮਾਰ ਦਿੰਨੇ ਆਉਂਦੇ ਆ ਮੈਂ ਹੈਰਾਨ ਸੀ ਪੰਜਾਬ ਦੇ ਵਿੱਚ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਜਿੰਨੀਆਂ ਵੀ ਹੋਰ ਸਿਆਸੀ ਧਿਰਾਂ ਨੇ ਅਸੀਂ ਕਿੰਨੀ ਵਾਰੀ ਹਰਿਆਣੇ ਦੇ ਲੀਡਰਾਂ ਦੇ ਮੂੰਹੋਂ ਸੁਣਿਆ ਸਰਕਾਰ ਦੇ ਮੂੰਹੋਂ ਤੇ ਅਸੀਂ ਇੰਨੀਆਂ ਫਸਲਾਂ ਤੇ ਐਮਐਸਪੀ ਦਿੱਤੀ ਅਸੀਂ ਭਾਵ ਅੰਤਰ ਪਰਪਾਈ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਰੁਪਈਏ ਦਿੱਤੇ ਕਿ ਸਾਡੀਆਂ ਮੰਡੀਆਂ ਦੇ ਵਿੱਚ ਫਸਲ ਨਹੀਂ ਰੁੜੀ ਮੈਂ ਕਦੇ ਕਿਸੇ ਪੰਜਾਬ ਦੇ ਲੀਡਰ ਦੇ ਮੂੰਹੋਂ ਨਹੀਂ ਸੁਣਿਆ ਕਿ ਅਸੀਂ ਆਪਣੀ ਪਾਰਟੀ ਦਾ ਜਾਂ ਸਰਕਾਰ ਦਾ ਐਮਐਲਐਸ ਦਾ ਜਾਂ ਐਮਪੀਜ਼ ਦਾ ਦੋ ਜਾਂ ਤਿੰਨ ਮੈਂਬਰੀ ਵਫਤ ਆਪਣੇ ਗਵਾਂਢੀ ਸੂਬੇ ਹਰਿਆਣੇ 'ਚ ਭੇਜਣ ਲੱਗੇ ਆ ਉਹ ਉੱਥੋਂ 'ਚ ਜਾ ਕੇ ਮੰਡੀਆਂ ਤੋਂ ਪੁੱਛ ਕੇ ਆਊਗੀ ਆਰਤੀਆਂ ਤੋਂ ਪੁੱਛ ਕੇ ਆਊਗੀ ਸਰਕਾਰ ਤੋਂ ਪੁੱਛ ਕੇ ਆਊ ਖੇਤੀਬਾੜੀ ਮੰਤਰੀ ਤੋਂ ਪੁੱਛ ਕੇ ਆਊ ਕਿ ਯਾਰ ਸਾਡੇ ਤੋਂ ਤਾਂ ਗੰਨਾ ਕਣਕ ਤੇ ਝੋਨਾ ਤਿੰਨ ਫਸਲਾਂ ਨੇ ਜਿਨ੍ਹਾਂ ਦੇ ਉੱਤੇ ਐਮਐਸਪੀ ਮਿਲਦੀ ਹੈ ਤਾਂ ਸਰਕਾਰੀ ਖਰੀਦ ਹੈ ਬਾਕੀ ਤਾਂ ਕਿਸੇ ਪਾਸੇ ਖਰੀਦ ਨਹੀਂ ਤੁਸੀਂ ਕਿਵੇਂ ਦਿੰਦੇ ਹੋ ਇਹ ਵੀ ਨਹੀਂ ਹੈ ਕਿ ਤੁਹਾਨੂੰ 10 ਘੰਟੇ ਦੀ ਫਲਾਈਟ ਲੈ ਕੇ ਜਾਣਾ ਪੈਣਾ ਇਹ ਸਾਰੇ ਲੀਟਰ ਦਿੱਲੀ ਨੂੰ ਤੁਰੇ ਰਹਿੰਦੇ ਹਾਈ ਕਮਾਂਡ ਨੂੰ ਸਲੂਟ ਮਾਨ ਕਦੇ ਹਰਿਆਣੇ ਦੇ ਵਿੱਚ ਰੋਕੇ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਿ ਇਹਦੇ ਤੇ ਵਾਈਟ ਪੱਪਰ ਜਾਰੀ ਕੀਤਾ ਜਾਵੇ ਕਿਉਂਕਿ ਕਾਨੂੰਨ ਉਹੀ ਹਰਿਆਣੇ ਤੇ ਲਾਗੂ ਹੁੰਦਾ ਉਹੀ ਸਾਡੇ ਤੇ ਲਾਗੂ ਹੁੰਦਾ ਜੇ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਕੋਈ ਸਹਾਇਤਾ ਮਿਲਦੀ ਹੈ ਸਪੈਸ਼ਲ ਨਹੀਂ ਹੈ ਉਹ ਕੋਈ ਉਹ ਸਪੈਸ਼ਲ ਟ੍ਰੀਟਮੈਂਟ ਨਹੀਂ ਹੈ ਜਾਂ ਪੈਕੇਜ ਨਹੀਂ ਮਿਲਿਆ ਹਰਿਆਣੇ ਨੂੰ ਹੁਣ ਜੇ ਸਾਡੇ ਸਾਹਮਣੇ ਸਾਡੇ ਕਿਸਾਨ ਦੀ ਫਸਲ ਪੰਜਾਬ ਚ ਰੋੜ ਰਹੀ ਹੈ ਇਹ ਮੁੱਦਾ ਹੈ ਬਹੁਤ ਵੱਡਾ ਹਰਿਆਣੇ ਦੇ ਕਿਸਾਨ ਦੀ ਫਸਲ ਚੁੱਕੀ ਜਾ ਰਹੀ ਹੈ ਸਾਡੇ ਤੋਂ ਵਧੀਆ ਤਰੀਕੇ ਪੈਸੇ ਉਹਨੂੰ ਸਾਡੇ ਤੋਂ ਵੱਧ ਮਿਲ ਰਹੇ ਹੈ ਤਾਂ ਸਾਡੀ ਲੀਡਰਸ਼ਿਪ ਦੀ ਡਿਊਟੀ ਨਹੀਂ ਬਣਦੀ ਸਾਡੀਆਂ ਕਿਸਾਨ ਜਥੇਬੰਦੀਆਂ ਦੀ ਵੀ ਡਿਊਟੀ ਬਣਦੀ ਹੋ ਸਕਦਾ ਸਤਕਾਰਯੋਗ ਨੇ ਕਿਸਾਨ ਜਥੇਬੰਦੀਆਂ ਦੇ ਲੀਡਰ ਉਹਨਾਂ ਨੂੰ ਪਤਾ ਹੀ ਹੋਵੇ ਪਰ ਜਿੱਦਾਂ ਤੁਸੀਂ ਪਹਿਲਾਂ ਸਾਰੀਆਂ ਚੀਜ਼ਾਂ ਦੀ ਟ੍ਰਾਂਸਲੇਸ਼ਨ ਅਨੁਵਾਦ ਕਰਕੇ ਜਾਰੀ ਕਰਦੇ ਸੀ ਲੋਕਾਂ ਨੂੰ ਸਮਝਾਉਣ ਦੇ ਲਈ ਸਰਲ ਭਾਸ਼ਾ ਦੇ ਵਿੱਚ ਲਿਖ ਲਿਖ ਕੇ ਜਾਰੀ ਕਰਦੇ ਸੀ ਲੇਖ ਲਿਖਦੇ ਲਿਖੋ ਜੇ ਪਹਿਰਿਆਨੇ ਵਿੱਚ ਫਸਲ ਚੁੱਕੀ ਜਾ ਸਕਦੀ ਪੰਜਾਬ ਵਿੱਚ ਕਿਉਂ ਨਹੀਂ ਬਈ ਵੇਖੋ ਗੱਲ ਠੀਕ ਹੈ ਤੁਹਾਡੀ ਬਾਤ ਸਾਬ ਕਿ ਵੀ ਜੇ ਉਹ ਬੰਦੇ ਕਰ ਸਕਦੇ ਆ ਤੇ ਇਹਨਾਂ ਨੂੰ ਵੀ ਕਰਨਾ ਚਾਹੀਦਾ ਹਾਂ ਇੱਕ ਗੱਲ ਜ਼ਰੂਰ ਹੈ ਵੀ ਸਵਾਮੀਨਾਥਨ ਰਿਪੋਰਟ ਫਲਾਣਾ ਲਾਗੂ ਨਹੀਂ ਕਰਦਾ ਢੇਡਾ ਨਹੀਂ ਕਰਦਾ ਫਿਰ ਇਹਨਾਂ ਨੂੰ ਦਾ ਵੀ ਚੱਲ ਸਵਾਮੀਨਾਥਨ ਰਿਪੋਰਟ ਤੁਸੀਂ ਕੇਂਦਰ ਦੇ ਗੱਲ ਪਾ ਦਿਓ ਆਪਣੀ ਛੁੱਟੀ ਵੀ ਕਿਹੜਾ ਕੋ ਫਰਕ ਪੈਂਦਾ ਹੁਣ ਜਦੋਂ ਲੋਕਾਂ ਨੂੰ ਇਹ ਸਮਝ ਆਉਣ ਲੱਗ ਪਈ ਵੀ ਯਾਰ ਸਵਾਮੀਨਾਥਨ ਰਿਪੋਰਟ ਦਾ ਕਦੋਂ ਦੀ ਤੁਸੀਂ ਦਹਾਕੇ ਹੋਗੇ ਖੇਚੀ ਫਿਰਦੇ ਹੋ ਕਦੀ ਕੇਂਦਰ ਸਰਕਾਰ ਕਰੀ ਜਾਂਦੀ ਕਦੀ ਰਾਜ ਸਰਕਾਰਾਂ ਵੀ ਤੁਸੀਂ ਆਪਣੇ ਤੌਰ ਤੇ ਵੀ ਕਰ ਲਓ ਕੁਝ ਚਲੋ ਹੁਣ ਵਾਲੀ ਸਰਕਾਰ ਨੂੰ ਆਪਾਂ ਇੰਨੀ ਵਧਾਈ ਦੇ ਦਿੰਨੇ ਆਂ ਵੀ ਆ ਉਹਨਾਂ ਨੇ ਕੋਈ 2000 ਤੋਂ ਵੱਧ ਪੇਜਾਂ ਦੀ ਜਿਹੜੀ ਖੇਤੀ ਨੀਤੀ ਬਣਾਈ ਉਹ ਕਹਦੇ ਵੀ ਅਹੀਂ ਇਹਦੇ ਵਿੱਚ ਬੜੇ ਲੋਕਾਂ ਦੇ ਸੁਝਾਅ ਲਏ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਵੀ ਫਾਈਨਲ ਕਰਦਾਂਗੇ ਇੰਨਾ ਜ਼ਰੂਰ ਆ ਵੀ ਤੁਸੀਂ ਉਸ ਪਾਸੇ ਤੁਰੇ ਪਰ ਤੁਰਦਿਆਂ ਤੁਰਦਿਆਂ ਵੀ ਢਾਈ ਸਾਲ ਲੰਘ ਗਏ ਹਮ ਹੁਣ ਢਾਈਆਂ ਸਾਲਾਂ ਦੇ ਵਿੱਚ ਫਿਰ ਵੀ ਬਹੁਤ ਸਾਰੇ ਮੁੱਦੇ ਮਸਲੇ ਐਸੇ ਹੋਣਗੇ ਜਿਨ੍ਹਾਂ ਮੁੱਦਿਆਂ ਨੂੰ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਸੀ ਤੇ ਜੇ ਉਹ ਮੰਨ ਲਓ ਮੁੱਦੇ ਉਹ ਮਸਲੇ ਸਟਿਲ ਉਸੇ ਤਰ੍ਹਾਂ ਹੀ ਨੇ ਅਜੇ ਵੀ ਕਿਸਾਨਾਂ ਨੂੰ ਵੀ ਲੱਗਦਾ ਵੀ ਯਾਰ ਅਸੀਂ ਫਸਲ ਬੀਜ ਤੇ ਲੈਣੀ ਆ ਗਰੰਟੀ ਕੀ ਹੈ ਵੀ ਜਿਹੜਾ ਬਿੱਲ ਲਿਆਣ ਕੇ ਬੀਜ ਲਿਆਣ ਕੇ ਪਾਇਆ ਬੜੇ ਸੋਹਣੇ ਲਿਫਾਫੇ ਚੋਂ ਉਹ ਉਗਣਾ ਕਿ ਨਹੀਂ ਉਗਣਾ ਯੋਗੀ ਪਿਆ ਤੇ ਕੱਲ ਨੂੰ ਜਦੋਂ ਉਹਦੇ ਕੋ ਮੱਖੀ ਆ ਗਈ ਕੋ ਮੱਛਰ ਆ ਗਿਆ ਅਹੀਂ ਜਿਹੜੀ ਦਵਾਈ ਲਿਆਉਣੀ ਬੜੀ ਮਹਿੰਗੀ ਪਾ ਦੀ ਉਹਨੇ ਉਹ ਮਾਰਨਾ ਹੈ ਕਿ ਜਾਂ ਉਹਨੂੰ ਘਿਓ ਆਂਗੂ ਲਗਣੀ ਆ ਉਹ ਉਹਦੇ ਤੋਂ ਬਾਅਦ ਵੀ ਜੀ ਸਾਰਾ ਕੁਝ ਬੀਜ ਵੀ ਵਿਖ ਰਹੇ ਨੇ ਉਸ ਤੋਂ ਬਾਅਦ ਦਗਲੀ ਦਵਾਈਆਂ ਵਾਲਾ ਕੰਮ ਹੀ ਚੱਲ ਰਿਹਾ ਜੇ ਕੋ ਮੰਡੀ ਚ ਜਾਂਦਾ ਉਹ ਕਹਿੰਦਾ ਯਾਰ ਰੇਟ ਤਾਂ ਤੁਸੀਂ ਆ ਰੱਖਿਆ ਸਰਕਾਰੀ ਮੈਨੂੰ ਤਾਂ ਇੰਨਾ ਕੁ ਦਿੰਦੇ ਨੇ ਜੀ ਅਗਲੇ ਜੇ ਉਹਨਾਂ ਨੂੰ ਪੁੱਛਣ ਜਾਓ ਉਹ ਕਹਿੰਦੇ ਸ਼ੈਲਰ ਵਾਲਿਆਂ ਦੀ ਆਪਣੀ ਮੁਸ਼ਕਲ ਆ ਜੋ ਕਹਿੰਦੇ ਸਾਡੇ ਕੋਲ ਸਮਾਨ ਨਹੀਂ ਚੁਕਾਇਆ ਕਿਹਨਾਂ ਜੀ ਅਹੀਂ ਦੱਸੋ ਕੀ ਕਰ ਲਈਏ ਆਰਤੀ ਭਾਈ ਜਰਨ ਨੂੰ ਪੁੱਛਣ ਜਾਓ ਉਹ ਕਹਿੰਦੇ ਮਹਾਰਾਜ ਜੀ ਕਮਿਸ਼ਨ ਇੱਕ ਰਾਂ ਸਾਡਾ ਕੋਵਿਡ ਦੇ ਵਿੱਚ ਇਹਨਾਂ ਨੇ ਫਿਕਸ ਕੀਤਾ ਹੈ ਵੀ ਚੱਲ ਯਾਰ ਇਸ ਸਾਲ ਤੁਸੀਂ ਇਦਾਂ ਕਰ ਲਓ। ਉਹਦੇ ਤੋਂ ਬਾਅਦ ਕਹਿੰਦੇ ਸਾਡਾ ਮੁੜ ਕੇ ਪਤਾ ਹੀ ਨਹੀਂ ਲਿਆ ਵੀ ਅਹੀਂ ਖਰਚ ਕਿੱਥੋਂ ਕਰਨਾ। ਹੁਣ ਮਤਲਬ ਕਹਿਣ ਤੋਂ ਇਹ ਆ ਵੀ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਿਕੀਆਂ-ਨਿਕੀਆਂ ਆਲਰੇਡੀ ਰਜਿਸਟਰਾਂ 'ਚ ਨੇ, ਨੀਤੀਆਂ 'ਚ ਨੇ, ਕਾਨੂੰਨ 'ਚ ਨੇ ਜਾਂ ਰੂਟੀਨ 'ਚ ਨੇ। ਉਹ ਵੀ ਜਿੱਦਾਂ ਉਹ ਮਤਲਬ ਕਿਸੇ ਵੇਲੇ ਹੁੰਦਾ ਨਹੀਂ ਆਪਾਂ ਕੇ ਸਰਕਾਰੀ ਦਫ਼ਤਰ 'ਚ ਜਾਓ, ਈਵਨ ਹੁਣ ਤਵ ਇਹ ਘਟ ਗਿਆ ਹੋਣਾ ਨਹੀਂ ਪਹਿਲਾਂ ਤੁਸੀਂ ਦੇਖਣਾ। ਰੋਡਵੇ ਦੀ ਵਰਕਸ਼ਾਪ ਦੇ ਵਿੱਚ ਨਹੀਂ ਪਿਛਲੇ ਪਾਸੇ ਢੇਰ ਲੱਗਾ ਹੁੰਦਾ ਹੈ ਬੱਸਾਂ ਦਾ। ਹ ਵੀ ਉਹ ਉਹ ਕਿਸੇ ਨੇ ਚੈੱਕ ਹੀ ਨਹੀਂ ਕਰਨੇ ਵੀ ਵੀਰੇ ਦਾ ਜੇ ਸੈਲਫ ਨਹੀਂ ਵਜਦਾ ਤੇ ਮਾਰ ਕੇ ਉਹ ਜਣੇ ਦੋ ਗਿੜੇ ਲਵਾ ਲੋ ਪਰ ਨਾ ਉਹ ਸੰਧਾਲੀ ਆਸਾ ਪਹਿਲਾਂ ਇੱਥੇ ਹੁੰਦੀ ਆ ਹਾਂ ਅਗਲੇ ਸਾਲ ਬਸ ਇੱਥੇ ਹੁੰਦੀ ਕਿਉਂਕਿ ਟਾਇਰ ਚ ਹਵਾ ਨਿਕਲ ਜਾਂਦੀ ਆ ਉਹਦੇ ਤੋਂ ਅਗਲੇ ਸਾਲ ਰਿੰਮ ਤੇ ਆ ਜਾਂਦੀ ਉਹ ਤੇ ਫਿਰ ਪਤਾ ਨਾ ਰਿੰਮ ਵੀ ਲਿਆ ਗਿਆ ਕੋਈ ਆ ਮਤਲਬ ਇਹ ਹੈ ਵੀ ਜੇ ਆਪਾਂ ਨੂੰ ਇਹ ਲੱਗਦਾ ਵੀ ਹਰੇਕ ਚੀਜ਼ ਜਿਹੜੀ ਕਿ ਪਹਿਲਾਂ ਚੱਲਦੀ ਸੀ ਹੌਲੀ ਹੌਲੀ ਉਹਦੇ ਕੋਈ ਧਿਆਨ ਨਹੀਂ ਦੇ ਰਿਹਾ ਜਾਂ ਲੀਡਰਾਂ ਕੋਲੇ ਸਮਾਂ ਨਹੀਂ ਜਾਂ ਉਹਨਾਂ ਨੂੰ ਲੱਗਦਾ ਵੀ ਯਾਰ ਮੈਂ ਕੀ ਬਧਾ ਅੱਜ ਮੰਤਰੀਆਂ ਤੇ ਕੱਲ ਨੂੰ ਚਿੱਠੀ ਆ ਜਣੇ ਵੀ ਹਾਂ ਭਾਜੀ ਤੁਸੀਂ ਹਸਤੀਵਾ ਦੇ ਉਹ ਨਵਾਂ ਮੰਤ ਇਹ ਜਿਹੜੀ ਅਨਸਰਟੇਨਟੀ ਜਿਹੜੀ ਆ ਉਹਦੇ 'ਚ ਜੇ ਆਪਾਂ ਇਹ ਆਸ ਕਰੀਏ ਵੀ ਕੋਈ 5 ਸਾਲਾਂ ਦੀ ਨੀਤੀ ਲੈ ਕੇ ਆ ਜੂਗਾ ਇੱਕ ਪਹਿਲਾਂ ਪਹਿਲਾਂ ਆਪਾਂ ਪੜਨ 'ਚ ਸੁਣਦੇ ਹਾਂ ਮੈਂ ਤੇ ਮੁੜ ਕੇ ਬਾਅਦ 'ਚ ਕਦੀ ਵੇਖੀ ਨਹੀਂ 5 ਸਾਲਾਂ ਯੋਜਨਾ ਬਣਾਈ ਗਈ ਏ ਉਹ 5 ਸਾਲਾਂ ਯੋਜਨਾ ਮੰਨ ਲਾਦਾ ਹਾਂ ਕਦੇ ਕਾਗਜ਼ਾਂ 'ਚ ਹੀ ਰਹਿ ਰਹੀ ਜਾਂਦੀ ਲੋਕਾਂ ਤੱਕ ਤਾਂ ਪਹੁੰਚਦੀ ਨਹੀਂ ਇਹ ਸੰਧਾ ਵਾਲੀਆਂ ਸਭ ਵਿਚਾਰ ਕਰਨ ਵਾਲੀਆਂ ਗੱਲਾਂ ਨੇ ਜੇ ਇਹਨਾਂ ਦੇ ਉੱਤੇ ਵਿਚਾਰ ਨਾ ਕੀਤਾ ਕਿਉਂਕਿ ਚਾਰ ਪੰਜ ਹੀ ਚੀਜ਼ਾਂ ਨੇ ਬੀਜ ਖਾਦ ਦਵਾਈ ਉਹਦੇ ਤੋਂ ਬਾਅਦ ਸਬਸਿਡੀ ਤੇ ਫਿਰ ਫਸਲ ਦੀ ਖਰੀਦ ਜੀ ਇਹ ਪੰਜੇ ਚੀਜ਼ਾਂ ਦਾ ਸਰਕਲ ਆ ਉਹ ਚੱਕਰ ਚੱਲਣਾ ਜੇ ਉਹ ਚੱਕਰ ਹੀ ਨਹੀਂ ਥੋੜੀ ਤੋਂ ਠੀਕ ਤਰੀਕੇ ਚਲਾ ਹੁੰਦਾ ਤੇ ਇਹਦਾ ਮਤਲਬ ਹੈ ਕਿ ਤੁਸੀਂ ਜਾਂ ਤਾਂ ਕੰਮ ਨਹੀਂ ਕਰਦੇ ਜਾਂ ਤੁਸੀਂ ਲੀਡਰਸ਼ਿਪ ਦੇ ਯੋਗ ਨਹੀਂ ਹੈਗੇ ਹੂੰ ਉਹਦੇ ਤੋਂ ਬਾਅਦ ਸੰਧਾਲੀਆ ਸਭ ਮੈਨੂੰ ਨਹੀਂ ਸਮਝ ਆਉਂਦੀ ਕਿ ਸਾਡੇ ਲੀਡਰ ਕੇਵਲ ਤੇ ਕੇਵਲ ਦੋਸ਼ ਲਾਉਣ ਦੀ ਰਾਜਨੀਤੀ ਕਿਉਂ ਕਰਦੇ ਆ ਚਾਹੇ ਸੱਤਾਧਾਰੀ ਨੇ ਚਾਹੇ ਵਿਰੋਧੀ ਨੇ ਨਸ਼ੇ ਨੇ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਨਾ ਪੰਜਾਬ 'ਚ ਭਾਜਪਾ ਦੇ ਨਾਲ ਸਾਂਝੀ ਹੂੰ ਉਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਾਲੇ ਰੋਜਦਰੀ ਵਿਸ਼ਾਗ ਰੱਖਦੇ ਇਹ ਜਾਨੀ ਜੀ ਨਸ਼ੇ ਫਲਾਤ ਤੇ ਨਸ਼ਿਆਂ ਦੀ ਸਰਪ੍ਰਸਤੀ ਹੁੰਦੀ ਹੈ ਇਹ ਸਿਆਸੀ ਸਰਪ੍ਰਸਤੀ ਤੋਂ ਬਗੈਰ ਵਿਕ ਨਹੀਂ ਸਕਦੇ ਜੀ ਇਹ ਨਸ਼ਿਆਂ ਨੇ ਪੰਜਾਬ ਦੀ ਜਿਹੜੀ ਆ ਪੀੜੀ ਦਾ ਕਚੂਮਰ ਕਰ ਦਿੱਤਾ ਜੀ ਕਾਂਗਰਸ ਦੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਵਾਲੇ ਦੀ ਦਰੀ ਉੱਥੇ ਹੀ ਐ ਜਿਹੜੇ ਅਕਾਲੀ ਪਹਿਲਾਂ ਸੱਤਾ ਦੇ ਵਿੱਚ ਹੁੰਦੇ ਸੀ ਜਿਨ੍ਹਾਂ ਦੇ ਖਿਲਾਫ ਦਰੀ ਬਿਸ਼ੀ ਹੁੰਦੀ ਸੀ ਉਹ ਕਹਿੰਦੇ ਭਾਜੀ ਮਾੜੀ ਜੇ ਪਰਲੇ ਪਾਸੇ ਨੂੰ ਕਰੇ ਇੱਥੇ ਧੋਪ ਆ ਗਈ ਆ ਆਮ ਆਦਮੀ ਪਾਰਟੀ ਨਾਲ ਦਰੀ ਥੋੜੀ ਜਿਹੀ ਪਰੇ ਨੂੰ ਘੁਲੀ ਸੀ ਅਕਾਲੀ ਦਲ ਵਾਲੇ ਨੇ ਦਰੀ ਉਹਨਾਂ ਦੇ ਨਾਲ ਵਿਛਾਲੀ ਫਿਰ ਦੋਨੇ ਜਣੇ ਬਾਰੋਬਾਰੀ ਲੱਪੇ ਪਏ ਕਾਂਗਰਸ ਪਾਰਟੀ ਦੀ ਸਰਕਾਰ ਐ ਨਸ਼ੇ ਨੀਨਾਂ ਤੋਂ ਬੰਦ ਹੋਏ ਸਾਡੀ ਪੀੜੀ ਤਬਾਹ ਹੋ ਰਹੀ ਐ ਚਲੋ ਵੋਟਾਂ ਪਈਆਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ ਉਹਨਾਂ ਨੇ ਦਰੀ ਝਾੜੀ ਲਪੇਟੀ ਵੱਡੇ ਲਫਾਫੇ ਚ ਪਾ ਕੇ ਤਾਂ ਸਦੂਕ ਚ ਰੱਖਤੀ ਤੇ ਜਿੱਥੇ ਉਹਨਾਂ ਨੇ ਦਰੀ ਚੱਕੀ ਸੀ ਉਥੇ ਫਿਰ ਕਾਂਗਰਸੀ ਨੇ ਆ ਕੇ ਵਿਛਾਲੀ ਹੁਣ 2.5 ਸਾਲ ਹੋ ਗਿਆ ਅਕਾਲੀ ਤੇ ਕਾਂਗਰਸੀ ਰੌਲਾ ਪਾਉਂਦੇ ਐ ਪੀੜੀ ਤਬਾਹ ਹੋ ਗਈ ਜੀ ਨਸ਼ੇ ਰੁਕੇ ਨਹੀਂ ਜੀ ਆ ਦੇਖੋ ਪਿੰਡ ਪਿੰਡ ਨਸ਼ਾ ਵਿਕਦਾ ਐ ਯਾਨੀ ਸਟੇਟਮੈਂਟ ਉਹੀ ਨੇ ਬਸ ਪਾਰਟੀ ਦਾ ਨਾਮ ਤੇ ਲੀਡਰਾਂ ਦੇ ਨਾਮ ਜਿਹੜੇ ਉਹ ਬਦਲਦੇ ਆ ਹੁਣ ਤੁਸੀਂ ਸੰਧਾਲੀਆ ਸਭ ਦੇਖੋ ਰਾਜਪਾਲ ਕਹਿੰਦੇ ਆ ਕਿ ਭਾਈ ਨਸ਼ਾ ਵਿਕਦਾ ਪਿੰਡਾਂ ਦੇ ਲੋਕਾਂ ਨੇ ਕਮੇਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਕਹਿੰਦੇ ਜੀ ਨਸ਼ਾ ਵਿਕਦਾ ਜਿਹੜੇ ਵੀ ਪਿੰਡ ਦੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਪਹਿਲਾਂ ਪੰਜਾਬ ਦੇ ਲੋਕ ਚੁੱਪ ਵੱਟਦੇ ਸੀ ਪਰਿਵਾਰ ਕਿ ਨਹੀਂ ਜੀ ਸਾਡਾ ਮੁੰਡਾ ਤਾਂ ਕੁਦਰਤੀ ਰੂਪ ਦੇ ਵਿੱਚ ਮੌਤ ਹੋ ਗਈ ਕਹਿਣਾ ਬੜਾ ਔਖਾ ਪਰਿਵਾਰ ਦਾ ਜੀ ਗਿਆ ਹੁੰਦਾ ਹੁਣ 2-3 ਸਾਲ 4 ਸਾਲ 5 ਸਾਲ ਹੋ ਗਿਆ ਸੰਧਾਲੀਆ ਸਭ ਅੱਧੇ ਉੱਦ ਲੋਕ ਕਹਿਣ ਲੱਗ ਪਏ ਕਿ ਮੁੰਡਾ ਨਸ਼ਾ ਕਰਦਾ ਸੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆ ਲਓ ਇਹਦਾ ਟੈਲੀਫੋਨ ਨੰਬਰ ਆ ਮੋਬਾਈਲ ਆ ਇਹਦਾ ਇਹਦੇ ਤੋਂ ਟੈਲੀਫੋਨ ਕਰਕੇ ਨਸ਼ਾ ਮੰਗਾਉਂਦਾ ਸੀ ਤਾਂ ਜਿਨ੍ਹਾਂ ਜਿਨ੍ਹਾਂ ਨੂੰ ਟੈਲੀਫੋਨ ਕੀਤੇ ਆ ਬੰਦੇ ਫੜਦੇ ਕਿਉਂ ਨਹੀਂ ਅਸੀਂ ਕਈ ਜਗ੍ਹਾ ਦੇ ਉੱਤੇ Laash ਸੜਕ ਦੇ ਉੱਤੇ ਰੱਖ ਕੇ ਧਰਨੇ ਲਾਉਂਦੇ ਲੋਕ ਵੇਖੇ ਆ ਜਿਨ੍ਹਾਂ ਧਰਨਿਆਂ ਦੇ ਵਿੱਚ ਬੈਠੇ ਲੋਕ ਕਹਿੰਦੇ ਸੀ ਪਰਿਵਾਰ ਦੇ ਮੈਂਬਰ ਕਿ ਸਾਡੇ ਪਿੰਡ ਦੇ ਆ ਤਿੰਨ ਬੰਦੇ ਵੇਚਦੇ ਆ ਆ ਨਾਲ ਦੇ ਪਿੰਡ ਦਾ ਆ ਬੰਦਾ ਵੇਚਦਾ ਉਸ ਸ਼ਹਿਰ ਦਾ ਆ ਬੰਦਾ ਨਸ਼ਾ ਵੇਚਦਾ ਜਾ ਕੇ ਫੜ ਕੇ ਲਿਆਉਂਦੇ ਕਿਉਂ ਨਹੀਂ ਜਦੋਂ ਲੋਕ ਇਸ ਤਰੀਕੇ ਦੇ ਨਾਲ ਨੰਗੇ ਚਿੱਟੇ ਹੋ ਕੇ ਸਾਹਮਣੇ ਆਉਣ ਲੱਗ ਪੈਂਦੇ ਨੇ ਕਿ ਸਾਡਾ ਪੁੱਤ ਜਾਂ ਸਾਡੀ ਧੀ ਇਹ ਨਸ਼ਿਆਂ ਦੇ ਨਾਲ ਮਰਿਆ ਤੇ ਫਲਾਨਾ ਬੰਦਾ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਉਦੋਂ ਸੰਧਾਲੀਆ ਸਭ ਅਸੀਂ ਇਸ ਗੱਲ ਦੀ ਉਮੀਦ ਨਹੀਂ ਕਰ ਸਕਦੇ ਕਿ ਭਾਈ ਹੱਥ ਤੇ ਹੱਥ ਧਰ ਕੇ ਬੈਠੇ ਰਹੋ ਹਲਕਾ ਜਿਹਾ ਪਰਚਾ ਕਰਦੇ ਹੋ ਜਾਂ ਕੱਲਾ ਪ੍ਰੈਸ ਨੋਟ ਜਾਰੀ ਕਰੋ ਜਿੱਡੀ ਵੱਡੀ ਨਸ਼ੇ ਦੀ ਸਮੱਸਿਆ ਹੈ ਤੇ ਜਿੰਨੇ ਦਹਾਕੇ ਹੋ ਗਏ ਨਾ ਸਿਆਸਤਦਾਨਾਂ ਨੂੰ ਦਰੀਆਂ ਵਿਛਾਉਂਦਿਆਂ ਨੂੰ ਇਹ ਤਾਂ ਅਣਸ਼ਨ ਕਰ ਦੇਣ ਜੇ ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਦੇ ਖਿਲਾਫ ਦਿੱਲੀ ਦੇ ਵਿੱਚ ਬਹਿ ਸਕਦਾ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲ ਸਕਦੀ ਹੈ 10-12 ਸਾਲ ਹੋ ਗਿਆ ਦਿੱਲੀ 'ਚ ਸਰਕਾਰ ਚਲਾ ਸਕਦੀ ਹੈ ਤੇ ਤੁਸੀਂ ਰੋਟੀਆਂ ਜ਼ਰੂਰ ਜਰੂਰ ਖਾਣੀਆਂ ਜਿਹੜੀ ਵੀ ਤੇ ਰਹਿ ਗਈ ਬੈਠੋ ਉੱਥੇ ਭੁੱਖੜਦਾਲ ਤੇ ਚਲਾਓ ਜਰਾ ਇੱਕ ਵਾਰੀ ਕੰਮ ਕਿਉਂ ਨਹੀਂ ਐਕਸ਼ਨ ਹੋਊਗਾ ਇੱਕ ਗੱਲ ਮੈਨੂੰ ਇਹ ਵੀ ਲੱਗਦੀ ਹੈ WhatsApp ਕੇ ਵੀ ਜਿਹੜਾ ਨਾ ਇੱਕ ਹੁੰਦਾ ਮਤਲਬ ਸਿਆਸੀ ਨਿਗਾਰ ਹੂੰ ਇੱਕ ਹੋਗਾ ਪ੍ਰਸ਼ਾਸਨਿਕ ਨਿਗਾਰ ਜੀ ਮੈਨੂੰ ਲੱਗਦਾ ਜਿਹੜਾ ਨੈਤਿਕ ਨਿਗਾਰ ਵੀ ਆ ਹੈ ਨਾ ਖਾਸ ਕਰਕੇ ਸਮਾਜਿਕ ਤਾਣੇ ਬਾਣੇ ਚ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਹੁਣ ਹੁੰਦਾ ਕੀ ਹੈ ਵੀ ਪਹਿਲਾਂ ਤੋਂ ਇਹਨੇ ਉਠ ਕੀਤਾ ਹੋਣਾ ਪੁਰਾਣੇ ਸਮੇਂ ਦੇ ਹਿਸਾਬ ਨਾਲ ਜਿਹੜੇ ਬੰਦੇ ਨੇ ਕਿਤੇ ਕੋਈ ਵੀ ਅੱਧੇ ਪੌਣੇ 2 ਨੰਬਰ ਦਾ ਕੰਮ ਕਰਨਾ ਨਾ ਸਾਰੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਹੈ ਵੀ ਆ ਬੰਦਾ ਐਦਾਂ ਦਾ ਉਹ ਹਾਂ ਉਹਦੇ ਕੋਲੇ ਪਹੁੰਚ ਹੋ ਸਕਦੀ ਆ ਚਾਰ ਛਿਲੜ ਹੋ ਸਕਦੇ ਪਰ ਇੱਜ਼ਤ ਨਹੀਂ ਹੁੰਦੀ ਜੀ ਪਿੰਡ ਵਾਲਿਆਂ ਦਾ ਇਹ ਵੀ ਯਾਰ ਇਹ ਕੋ ਬੰਦਾ ਹੂੰ ਗਾਹਾਂ ਵਿੱਚ ਸਿਕਾਉਣਾ ਵੀ ਯਾਰ ਇਹ ਲਾਗੇ ਨਾ ਲੱਗੇ ਤੂੰ ਬੰਦਾ ਮਹਿਸੂਸ ਕਰਦਾ ਹੁੰਦਾ ਵੀ ਯਾਰ ਪੁੱਠੇ ਕਮਾਂ ਚ ਕੀ ਰੱਖਿਆ ਯਾਰ ਜੇ ਬੰਦੇ ਕਹਿੰਨੇ ਮੈਨਾਂ ਬੋਲਣਾ ਹੀ ਨਹੀਂ ਅੱਜ ਦੀ ਡੇਟ ਚ ਪਤਾ ਨਹੀਂ ਉਲਟਾ ਹੋ ਗਿਆ ਵੀ ਇਹ ਕੋਈ ਨਹੀਂ ਨੋਟ ਕਰਦਾ ਵੀ ਬੰਦੇ ਕੋਲੇ ਆਇਆ ਕਿੱਥੋਂ ਸਮਾਨ ਇੱਕ ਕੋਠੀਆਂ ਇੱਕ ਕਾਰਾਂ ਇਹ ਐਸ਼ਾਂ ਇਹ ਵੀ ਵੀ ਆਈ ਪੀ ਲਿੰਕ ਅਗਲਾ ਕਹਿੰਦਾ ਯਾਰ ਉਹ ਉਹ ਪਦਾ ਵੀ ਕੀ ਕੰਮ ਕਰਦਾ ਪਰ ਉਹਦੀ ਪਹੁੰਚ ਬੜੀ ਆ ਅਗਲਾ ਆਉਂਦਾ ਮਗਰੋਂ ਸਾਸਰੀ ਘਾਲ ਤੇ ਗੋਡੇ ਨੂੰ ਹੱਥੀ ਪਹਿਲਾਂ ਲਾਉਣ ਲੱਗ ਪਈ ਨੇ ਹੁਣ ਜਦੋਂ ਅਗਲੇ ਨੇ ਤੁਸੀਂ ਮਹਿਸੂਸ ਹੀ ਨਹੀਂ ਕਰਾਉਂਦੇ ਵੀ ਤੂੰ ਵੀਰ ਕੋਈ ਗਲਤ ਕੰਮ ਕਰਦਾ ਸਵਾਲਜਿ ਤੌਰ ਤੇ ਗੱਲ ਕਰਦਾ ਉਸੇ ਸਮਾਜ ਦੇ ਵਿੱਚੋਂ ਲੀਡਰ ਨਿਕਲਦੇ ਨੇ ਉਸੇ ਸਮਾਜ ਦੀਆਂ ਵੋਟਾਂ ਲੈ ਕੇ ਗਾਂ ਸਰਕਾਰਾਂ ਬਣਦੀਆਂ ਨੇ ਤੇ ਫਿਰ ਸਰਕਾਰਾਂ ਤੇ ਜਾਂ ਲੀਡਰਾਂ ਦੇ ਕਿੱਡਾ ਕਸਰ ਹੋਗਾ ਵੀ ਯਾਰ ਜੇ ਲੋਕਾਂ ਨੂੰ ਕੋਈ ਫਰਕ ਨਹੀਂ ਜਨਤ ਵਿੱਚ ਰਹਿਦਾ ਤੇ ਸਾਨੂੰ ਐਡੀ ਕਿੱਡੀ ਗੱਲਾਂ ਜੋ ਗੱਲ ਅਗਲੇ ਕਹਿੰਦੇ ਨੇ ਆ ਜਾ ਭਾ ਤੇਨੂੰ ਫਲਾਨਾ ਉਹਦਾ ਦਿੰਨੇ ਆ ਜਾ ਤੇਨੂੰ ਫਲਾਨੀ ਥਾਂ ਦੇ ਉੱਪਰ ਟਿਕਟ ਵੀ ਦੇ ਦਿੰਨੇ ਆ ਉਦੋਂ ਬਾਅਦ ਜਿੱਤਣ ਤੋਂ ਬਾਅਦ ਉਹ ਜਿਸ ਨੀਤੀ ਨੂੰ ਸਹੀ ਕਰਨ ਦੀ ਲੋੜ ਹੁੰਦੀ ਹੈ ਜਿਹਦੇ ਚੋਂ ਆਇਆ ਹੁੰਦਾ ਉਥੇ ਤੁਸੀਂ ਉਹਨੂੰ ਬਿਠਾ ਦੇ ਅਗਲਾ ਕਹਿੰਦਾ ਗੱਲ ਹੀ ਕੋਈ ਨਹੀਂ ਮਹਾਰਾਜ ਹੁਣ ਆਪਣੇ ਤੋਂ ਕਿਹੜਾ ਕੋਈ ਉਸੇ ਪਾਸੇ ਹੋ ਸਕਦਾ ਜਿਹੜਾ ਕੋਈ ਨਿੱਕਾ ਮੋਟਾ ਇੱਧਰ ਉੱਧਰ ਰੱਖਾਂ ਵਖਾਉਂਦਾ ਸੀ ਉਹਨੂੰ ਜੋਕੇ ਅਗਲੇ ਅੰਦਰ ਦੇ ਦਿੰਦੇ ਨੇ ਉਦੋਂ ਬਾਅਦ ਉਹਦੇ ਤੋਂ ਡਰਦਾ ਹੋਰ ਕੋਈ ਬੋਲਦੇ ਨਹੀਂ ਪਿਛਲੇ ਦਿਨ ਹੀ ਆਪਾਂ ਦੇਖਿਆ ਸੀ ਜਦੋਂ ਪਹਿਰੇ ਲੱਗਦੇ ਸੀ ਤੇ ਉਹ ਕਹਿੰਦੇ ਸੀ ਵੀ ਹਾਂ ਵੀ ਇਹ ਕੰਮ ਕਰੇਣਾ ਉਹਨਾਂ ਦੀ ਲਤਾਂ ਨਹੀਂ ਤੋੜੀਆਂ ਕਿਤੇ ਉਹਨਾਂ ਤੇ ਗੜਿਆ ਗੋਲੀਆਂ ਨਹੀਂ ਚੱਲੀਆਂ ਜੀ ਹੁਣ ਜੇ ਗੋਲੀਆਂ ਚਲਾਉਣ ਵਾਲੇ ਵੀ ਤੁਰੇ ਫਿਰਦੇ ਨੇ ਲਤਾਂ ਤੋੜਨ ਵਾਲੇ ਵੀ ਤੁਰੇ ਫਿਰਦੇ ਨੈਤਿਕ ਨਿਗਾਰ ਸਮਾਜਿਕ ਨਿਗਾਰ ਆਪਣੇ ਜਹਾਜ਼ ਤੋਂ ਤੱਕ ਆ ਗਿਆ ਤੇ ਫਿਰ ਕਿਤਨਾ ਕਿਤੇ ਲੋਕਾਂ ਨੂੰ ਵੀ ਇਹ ਮਹਿਸੂਸ ਕਰਨਾ ਪਊਗਾ ਵੀ ਯਾਰ ਤੁਹਾਨੂੰ ਵੀ ਲੀ ਖਿੱਚਣੀ ਪੈਣੀ ਆ ਵੀ ਹਾਂ ਇਦਾਂ ਨਾ ਹੋਵੇ ਉਹ ਜਿਦਾਂ ਤੁਸੀਂ ਕਿਹਾ ਵੀ ਦਰੀ ਤੇ ਬਹਿਣ ਵਾਲੇ ਵੀ ਉਹੀ ਨੇ ਉਸੇ ਦਰੀ ਤੋਂ ਉੱਠ ਕੇ ਕੁਰਸੀ ਤੇ ਬਹਿਣ ਵਾਲੇ ਵੀ ਉਹੀ ਨੇ ਜਦੋਂ ਕੁਰਸੀ ਲੋਕ ਖੋਹ ਲੈਂਦੇ ਨੇ ਉਹ ਫਿਰ ਦਰੀ ਤੇ ਬਹਿਣ ਵਾਲੇ ਉਹੀ ਨੇ ਇਸ ਸਰਕਲ ਦੇ ਵਿੱਚੋਂ ਮਸਮਸਿਆਵਾਂ ਤਾਂ ਨਹੀਂ ਆਲੂਣੀਆਂ ਸੰਧਾਲੀਆ ਸਭ ਇੱਕ ਗੱਲ ਬਹੁਤ ਸਪਸ਼ਟ ਹੈ ਪਹਿਲਾਂ ਇਹਨਾਂ ਲੋਕਾਂ ਨੂੰ ਸਿਆਸਤਦਾਨਾਂ ਨੂੰ ਇਹ ਭੁਲੇਖਾ ਹੁੰਦਾ ਸੀ ਕਿ ਭਾਈ ਇਹ ਦਰੀਆਂ ਤਾਂ ਦੋ ਹੀ ਨੇ ਹੂੰ ਐਦ ਕਿ ਉਹਨਾਂ ਦੀ ਵਿਸ਼ੇ ਅਗਲੀ ਵਾਰੀ ਅਸੀਂ ਵਿਛਾਉਣੀ ਹੈ 25 ਸਾਲੀ ਫਿਰ ਸਾਡੀ ਵਾਰੀ ਹੋਣੀ ਹੈ ਹੁਣ ਇਹ ਤਾਂ ਨਹੀਂ ਹੈ ਦਰੀਆਂ ਤਿੰਨ ਨੇ ਨਾ ਅਸਲੇ ਮੁੱਖ ਇਹ ਚਾਰ ਹੋ ਜਾਣੀਆਂ ਇਹ ਪੰਜ ਵੀ ਹੋ ਸਕਦੀਆਂ ਜੇ ਤੁਹਾਡੀ 25 ਸਾਲੀ ਵਾਰੀ ਆਈ ਤੁਹਾਡੀ ਤਾਂ ਦੋ ਵਾਰੀ ਵੀ ਨਹੀਂ ਵਾਰੀ ਹੋਣੀ ਜੀਵਨ ਕਾਲ ਦੇ ਵਿੱਚ ਯਾਨੀ ਜੇ ਤੁਸੀਂ ਦਰੀ ਲਪੇਟ ਕੇ ਬਹੁਤ ਕਰੀਨੇ ਦੇ ਨਾਲ ਐਨ ਚੌਰਸ ਕਰਕੇ ਚਾਰ ਝੂੜ ਕੇ ਚੰਗੇ ਤਰੀਕੇ ਲਫਾਫੇ ਜ ਵੱਡੇ ਚ ਪਾ ਕੇ ਉੱਥੇ ਸਿੱਟ ਸਕਦੇ ਹੋ ਸੰਦੂਕ ਚ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਵਾਰਾ ਗਿਆ ਕਿ ਭਾਈ ਅਸੀਂ ਸਿਆਸਤਾਂ ਦੇ ਦਰੀ ਕਿੱਦਾਂ ਵਲੇਟਣੀ ਹੈ ਹੂੰ ਅੱਗੇ ਹੁੰਦਾ ਸੀ ਕਿ ਭਾਈ ਪਤਾ ਪਤਾ ਨਹੀਂ ਸੀ ਲੱਗਦਾ ਹੁਣ ਤਾਂ ਲੋਕ ਮੈਂਟ ਲਾਉਂਦੇ ਨੇ ਹਾਂਜੀ ਹਾਂਜੀ ਕਹੀ ਜਾਂਦੇ ਆ ਵੋਟਾਂ ਪਾਉਂਦੇ ਨਹੀਂ ਫਿਰ ਤੁਸੀਂ ਹਲਕੇ ਬਦਲਣ ਨੂੰ ਫਿਰਦੇ ਹੋ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਹਲਕਾ ਬਦਲ ਕੇ ਜਾਓਗੇ ਕਿੱਥੇ ਲੋਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਤੁਹਾਨੂੰ ਉਸੇ ਵੇਲੇ ਹਲਕੇ ਕਰ ਦਿੰਦੇ ਆ ਤੇ ਜੇ ਆਹੀ ਹਾਲਾਤ ਰਹੇ ਜਿੰਨੇ ਵੀ ਲੀਡਰ ਨੇ ਪੰਜਾਬ ਦੇ ਤੁਸੀਂ ਇਹ ਦੇਖੋ ਕਿਸੇ ਸਿਆਸੀ ਲੀਡਰ ਦੇ ਉੱਤੇ ਹਮਲਾ ਹੋ ਜਾਏ ਕਿਸੇ ਸਿਆਸੀ ਲੀਡਰ ਦੇ ਉੱਤੇ ਕੁਛ ਇੱਕ ਬੱਟੀ ਮਾਰ ਦਵੇ ਕੋਈ ਸਾਰੀ ਪਾਰਟੀ ਅੱਗੇ ਆਖੜੂ ਸਾਡੇ ਬੰਦੇ ਨਾਲ ਆ ਕੀਤਾ ਜਦੋਂ ਸਾਡੀ ਸਰਕਾਰ ਆਈ ਦੇਖਾਂਗੇ ਤੁਹਾਨੂੰ ਧਰਨੇ ਲਾਉਂਦੇ ਆ ਸਭ ਕੁਝ ਕਰਦੇ ਆ ਜਦੋਂ ਲੋਕਾਂ ਦੇ ਪੁੱਤ ਧੀਆ ਮਰਦੇ ਆ ਨਸ਼ੇ ਦੇ ਨਾਲ ਉਦੋਂ ਤੁਹਾਡੇ ਕੋਲ ਧਰਨਾ ਕਿਉਂ ਨਹੀਂ ਲੱਗਦਾ ਜੇ ਧਰਨਾ ਲੱਗਦਾ ਤਾਂ ਫਾਰਮੈਲਟੀ ਕਰਕੇ ਕਾਹਤੋਂ ਲੱਗਦਾ ਅੱਧੇ ਘੰਟੇ ਬਾਅਦ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਪੰਜਵੇਂ ਲੜੀਵਾਰ ਧਰਨਾ ਕਾਹਤੋਂ ਨਹੀਂ ਲੱਗਦਾ ਤੁਹਾਡੇ ਗੋਡੇ ਜਾਂ ਹੈ ਨਹੀਂ ਤੁਸੀਂ ਕੱਲੀਆਂ ਵੋਟਾਂ ਲੈ ਕੇ ਕੁਰਸੀਆਂ ਤੇ ਬੈਠਣ ਬਣੇ ਹੋ ਸੋ ਇਹ ਇਹ ਫਰਕ ਹੈਗਾ ਜੀ ਦੇਖੋ ਦੋ ਮਸਲੇ ਤਾਂ ਆਪਾਂ ਹੁਣੇ ਹੀ ਗੱਲ ਕਰ ਲਈ ਖੇਤੀ ਦੀ ਗੱਲ ਕਰ ਲੋ ਖੇਤੀ ਕਿਉਂਕਿ ਉਸੇ ਖੇਤੀ ਦੇ ਵਿੱਚੋਂ ਨਹੀਂ ਸੀ ਕੁਝ ਬਚਦਾ ਤੇ ਅਗਲੇ ਕਹਿੰਦੇ ਯਾਰ ਧੀ ਪੁੱਤ ਨੂੰ ਪੜਾ ਲਈਏ ਧੀ ਪੁੱਤ ਨੂੰ ਪੜਾਇਆ ਵੀ ਧੀ ਪੁੱਤ ਜੇ ਮੰਨ ਲਓ ਬੇਰਜ਼ਗਾਰ ਤੁਰਿਆ ਫਿਰਦਾ ਜਾਂ ਉਹ ਦੂਜੀ ਵਾਲੇ ਸੌਦਾ ਵੇਚਣ ਵਾਲੇ ਨੇ ਉਹਨਾਂ ਦੇ ਕਾਬੂ ਆ ਗਿਆ ਉਹ ਘਰ ਵੀ ਉੱਜੜ ਗਿਆ ਗਾਂ ਅਗਲੀ ਪਨੀਰੀ ਵੀ ਉੱਜੜ ਗਈ ਤੇ ਉਹਦੇ ਤੋਂ ਬਾਅਦ ਜਦੋਂ ਉਹ ਵਿਚਾਰੇ ਆਪਸ ਦੇ ਵਿੱਚ ਹੀ ਕਹ ਲਓਗੇ ਵੇਖ ਤਰਨਾ ਲੁੱਟੇ ਪੁੱਟੇ ਜੇ ਲੋਕ ਸੋਚਦੇ ਵੀ ਹੁਣ ਕੀ ਕਰੀਏ ਉਹਨੇ ਜੇ ਉਹਨੂੰ ਕੋਈ ਨਾ ਕੋਈ ਹੋਰ ਆਇਆ ਉਹ ਕਹਿੰਦਾ ਮੈਨੂੰ ਪਾਓ ਵੋਟਾਂ ਪਾ ਜੀ ਇਹਨਾਂ ਕੋਲੋਂ ਨਹੀਂ ਮਸਲਾ ਹੱਲ ਹੋਇਆ ਬਸ ਮੈਂ ਤੁਹਾਡਾ ਮਸਲਾ ਸਵੀਰੇ ਹੱਲ ਕਰ ਦੇਣਾ ਅਰ ਗੱਲ ਤੁਹਾਡੀ ਠੀਕ ਆ ਵੀ ਕਿੰਨਾ ਕਚਰੇ ਦਾ ਨਵੇਂ-ਨਵੇਂ ਗਾਹਕ ਤੁਰੇ ਆਉਣਗੇ ਲੋਕਾਂ ਨੂੰ ਤੇ ਪਤਾ ਲੱਗ ਹੀ ਜਾਂਦਾ ਵੀ ਯਾਰ ਸਾਰੇ ਉੱਠੀ ਉਸੇ ਦਰੀ ਦੋਆ ਪਰ ਜਦੋਂ ਦਰੀ ਛੱਡ ਜਾਂਦੇ ਆ ਫਿਰ ਕੁਰਸੀ ਤੇ ਜਾ ਕੇ ਬਦਲ ਜਾਂਦੇ ਸੰਧਾਲੀਆ ਸਭ ਜੇ ਕਿਤੇ ਨਸ਼ੇ ਤੋਂ ਮਾੜੀ ਮੁਕਤੀ ਮਿਲ ਜਵੇ ਹੂੰ ਉਹਦੇ ਤੋਂ ਬਾਅਦ ਇੱਕ ਚੀਜ਼ ਹੋ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਜਿਹੜੇ ਥੋਡੇ ਜਣੀ ਨੀਡਲੇ ਬੰਦੇ ਨੇ ਲੀਡਰ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਹੂੰ ਮੈਂ ਬੈਠ ਉਹਨਾਂ ਨਾਲ ਬੈਠਣਾ ਉੜਦਾ ਆਨਲਾਈਨ ਮੈਨੂੰ ਉੜਦਾ ਆਨਲਾਈਨ ਮਤਲਬ ਉਹਨਾਂ ਨੂੰ ਕਈ ਨਾ ਪਤਾ ਉਹਨੇ ਦਾ ਮੈਂ ਬੈਠਾ ਤੁਸੀਂ ਇਹ ਦੇਖੋ ਕਿ ਲੋਕਾਂ ਦੇ ਘਰਾਂ ਜਾਂਦੇ ਆ ਚਾਹ ਪਾਣੀ ਪੀਂਦੇ ਆ ਸਮੋਸਾ ਵੀ ਡੰਗਦੇ ਆ ਵਿਆਹ ਦੇ ਵਿੱਚ ਜਾਂਦੇ ਆ ਅਸੀਂ ਗੁਲਾਬਜਮਣਾ ਖਾਂਦੇ ਦੇਖੇ ਆ ਬਾਅਦ ਚ ਰੋਟੀ ਵੀ ਛਿੱਤ ਛਿੱਤੀ ਚਾਹੇ ਦਾਲ ਤੇ ਚੌਲ ਹੀ ਲੈਣ ਦੋ ਚਾਰ ਚਮਚੇ ਖਾਂਦੇ ਆ ਆਈਸਕ੍ਰੀਮ ਨੂੰ ਵੀ ਕਦੇ-ਕਦੇ ਮੈਂ ਦੇਖਿਆ ਕਿ ਲੀਡਰ ਉਸੇ ਵੇਲੇ ਚਮਚੇ ਨਾ ਕੇ ਥੋੜੀ ਜਿਹੀ ਦੇ ਮਿੱਠਾ ਕੀ ਹੈ ਮਿੱਠਾ ਹਨਾ ਕਿਉਂਕਿ ਕਿਹੜਾ ਉੱਠ ਕੇ ਪੋਣਾ ਹੁੰਦਾ ਉਹਨਾਂ ਨੇ ਮੇਰੇ ਯਾਰ ਹੈ ਕਿ ਬਹੁਤ ਹੁੰਦੇ ਆ ਬੰਦੇ ਜਿੱਦਾਂ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਲਿਆ ਕੇ ਦਿੰਨਾ ਤੁਸੀਂ ਜਿੱਥੇ ਵੀ ਹੁੰਦੇ ਹੋ ਤੇ ਠੀਕ ਹੁਣ ਸਵਾਲ ਇਹ ਹੈ ਤੁਸੀਂ ਹਰ ਇੱਕ ਲੀਡਰ ਨੇ ਆਪ ਦੇ ਘਰ ਦੀਆਂ ਮੱਝਾਂ ਤਾਂ ਨਹੀਂ ਰੱਖੀਆਂ ਤੁਸੀਂ ਕਈ ਵਾਰੀ ਹਫ਼ਤਾ ਹਫ਼ਤਾ ਘਰ ਨਹੀਂ ਜਾਂਦੇ ਜਦੋਂ ਇਲੈਕਸ਼ਨ ਹੁੰਦੀ ਹੈ ਤੁਹਾਨੂੰ ਬਾਹਰੋਂ ਹੀ ਖਾਣਾ ਪੀਣਾ ਪੈਂਦਾ ਪੰਜਾਬ ਦੇ ਵਿੱਚ ਬੜੀ ਵਾਰੀ ਰੌਲਾ ਪਿਆ ਅੰਕੜਿਆਂ ਦੇ ਨਾਲ ਤੱਥਾਂ ਦੇ ਨਾਲ ਕਿ ਭਾਈ ਉਹਨੀਆਂ ਮੱਝਾਂ ਤੇ ਗਾਵਾਂ ਤੇ ਬੱਕਰੀਆਂ ਹੈ ਨਹੀਂ ਜਿੰਨਾ ਪੰਜਾਬ ਚ ਦੁੱਧ ਦੁਰਿਆ ਫਿਰਦਾ ਦੁੱਧ ਦੀ ਗੱਲੀ ਗੱਲ ਕੀਤੀ ਹੈ ਪਨੀਰ ਉਹਦੇ ਤੋਂ ਬਾਹਰਾਂ ਮੱਖਣ ਉਹਦੇ ਤੋਂ ਬਾਹਰਾਂ ਖੋਆ ਉਹਦੇ ਤੋਂ ਬਾਹਰਾਂ ਦੁੱਧ ਤੋਂ ਬਣੀਆਂ ਬਾਕੀ ਚੀਜ਼ਾਂ ਉਹਦੇ ਤੋਂ ਬਾਹਰੀਆਂ ਨਹੀਂ ਜਣੀ ਜਿੰਨੇ ਪਸ਼ੂ ਨੇ ਪੰਜਾਬ ਦੇ ਵਿੱਚ ਉਹਦੇ ਤੋਂ ਬਾਅਦ ਦੁੱਧ ਤੁਰਿਆ ਫਿਰਦਾ ਬਾਕੀ ਚੀਜ਼ ਐਕਸਟਰਾ ਨਹੀਂ ਹੁਣ ਇੱਕ ਪਾਸੇ ਅਸੀਂ ਰੋਨੇ ਆ ਜੀ ਸਾਡੀ ਜਿਹੜੀ ਪੀੜ੍ਹੀ ਆ ਨਾ ਇਹ ਫੌਜ ਚ ਨਹੀਂ ਭਰਤੀ ਹੁੰਦੀ ਜੀ ਇਹ ਪੁਲਿਸ ਵੱਲ ਨਹੀਂ ਜਾਂਦੀ ਜੀ ਇਹ ਖੇਟਾਂ 'ਚ ਪਿੱਛੇ ਰਹਿ ਗਿਆ ਜੀ ਇਹ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਤੇ ਇਨਾਂ ਤੋਂ ਪਹਿਲਾਂ ਵਾਂਗੂ ਜਾਨ ਮਾਰ ਕੇ ਕੰਮ ਨਹੀਂ ਜੀ ਕਰ ਹੁੰਦਾ ਇਹਨਾਂ ਦੇ ਕੱਦ ਛੋਟੇ ਰਹਿ ਗਿਆ ਜੀ ਇਹ ਥੋੜੇ ਜਿਹਾ ਨਾ ਬਿਮਾਰੀ ਠਮਾਰੀ ਦੇ ਮਾਰੇ ਦਬੇ ਹੋਏ ਸਰੀਰ ਰਹਿ ਗਏ ਪੰਜਾਬੀਆਂ ਦੇ ਅਸੀਂ ਦੁੱਧ ਪੀਂਦੇ ਸੀ ਅਸੀਂ ਮੱਖਣ ਖਾਂਦੇ ਸੀ ਸਾਡਾ ਮਲਾਈ ਵਾਲ ਧਿਆਨ ਹੁੰਦਾ ਸੀ ਉਹ ਤਾਂ ਨਕਲੀ ਹੋ ਗਈ ਹੂੰ ਸ਼ਹਿਰਾਂ ਦੇ ਵਿੱਚ ਵੱਡਾ ਸਾਰਾ ਲਿਖ ਕੇ ਲਾਇਆ ਹੁੰਦਾ ਮਠਿਆਈ ਦੀ ਦੁਕਾਨ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਗੁੱਸਾ ਨਾ ਕਰੇ ਕਾਊਂਟਰ ਲੱਗਾ ਹੁੰਦਾ ਸ਼ੀਸ਼ਾ ਸਾਤ ਅੱਠ ਅਰੀ ਦਿਹਾੜੀ ਚ ਸਾਫ਼ ਕਰਦੇ ਉਹਦੇ ਮਗਰ ਪਿਆ ਹੁੰਦਾ ਸੌਦਾ ਉਹਦੇ ਵਿੱਚ ਨਕਲੀ ਚੀਜ਼ਾਂ ਹੁੰਦੀਆਂ ਸਾਰਾ ਕੁਝ ਸ਼ਰੀਆਮ ਵੇਚਦਾ ਯਾਨੀ ਸੰਧਾਲੀਆ ਸਭ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਚਿੱਟਾ ਨਹੀਂ ਫੜਿਆ ਜਾਂਦਾ ਸਮਝ ਆਉਂਦੀ ਐ ਕੁਕੀਨ ਨਹੀਂ ਫੜੀ ਜਾਂਦੀ ਸਮਝ ਆਉਂਦੀ ਐ ਹਵਾਲੇ ਦਾ ਪੈਸਾ ਨਹੀਂ ਫੜਿਆ ਜਾਂਦਾ ਕੋਈ ਬੰਦਾ ਪਤਾ ਨਹੀਂ ਨੋਟ ਕਿਦਾਂ ਲਕੋ ਕੇ ਲੈ ਜਾਂਦਾ ਯਾਰ ਜਿਹੜੀ ਚੀਜ਼ ਪੰਜਾਬ ਦੇ 150 ਕਸਬਿਆਂ ਤੇ ਸ਼ਹਿਰਾਂ 'ਚ ਕਾਊਂਟਰਾਂ ਦੇ ਵਿੱਚ ਬੂੜ ਲਾ ਕੇ ਵਿਕਦੀ ਐ ਤੁਸੀਂ ਉਹਦੀ ਵੀ ਜਾਂਚ ਨਹੀਂ ਕਰ ਸਕਦੇ ਫਿਰ ਤੁਸੀਂ ਕਹਿਣਾ ਪੰਜਾਬ ਦੇ ਨਿਆਣੀਵਾੜੇ ਨੇ ਇਹ ਗੱਲ ਠੀਕ ਐ ਮੁੱਦਾ ਤੁਸੀਂ ਠੀਕ ਚੁੱਕਿਆ WhatsApp ਦੇਖੋ ਮੈਨੂੰ ਨਾ ਚੇਤੇ ਆਉਂਦਾ ਉਦੋਂ ਮੈਂ ਜੇ ਬਹੁਤੀ ਮੈਨੂੰ ਸਮਝ ਨਹੀਂ ਹੁੰਦੀ ਵੀ ਇਹ ਜੀ ਜਿਹੜੀਆਂ ਸ਼ਹਿਰੋਂ ਸ਼ੁਰੂ ਲਿਆ ਕੇ ਦੇਖੀ ਦੀਆਂ ਮੈਂ ਨਾ ਟਰੈਕਟਰ ਨੂੰ ਕਿਤੇ ਗਰੀਸ ਕਰਨ ਨੂੰ ਲਿਆ ਕੇ ਰੱਖਿਆ ਡੱਬਾ ਆਹ ਮੈਨੂੰ ਚੇਤੇ ਮੈਂ ਉਹਦਾ ਰੰਗ ਜਮਾਂ ਦੇਸੀ ਕਿ ਹੋਰਗਾ ਮੈਂ ਕਹਿੰਦਾ ਯਾਰ ਆਹ ਤੇ ਦੇਸੀ ਕੋਈ ਲੱਗਦਾ ਹੁਣ ਮੈਂ ਹੁਣ ਸੋਚਦਾ ਵੀ ਯਾਰ ਜੇ ਉਦੋਂ ਮੇਰੇ ਦਿਮਾਗ ਆ ਜਾ ਸਕਦੀ ਗੱਲ ਕਿਸੇ ਦੇ ਤੇ ਆ ਹੀ ਸਕਦੀ ਵੀ ਯਾਰ ਆਹ ਤੇ ਕਾਰੋਬਾਰ ਹੀ ਵਧੀਆ ਹੁਣ ਗਰੀਸ ਦੇ ਡੱਬੇ ਦਾ ਤੇ ਦੇਸੀ ਕਿ ਉਹਦੇ ਡੱਬੇ ਦਾ ਮੁੱਲ ਤੁਸੀਂ ਬਰਕ ਲਾ ਲਓ ਠੀਕ ਹੈ ਉਦੋਂ ਬਾਅਦ ਜੇ ਤੁਸੀਂ ਉਹੋ ਜਿਹਾ ਕੁਝ ਚਿਕਨਾੜ ਜਿਹਾ ਪਦਾਰਥ ਬਣਾਉਣਾ ਕੋਈ ਜ਼ਰੂਰੀ ਆ ਵੀ ਪਹਿਲਾਂ ਦੁੱਧ ਲਿਆਓ ਜੀ ਦੁੱਧ ਨੂੰ ਮੁਰਗੇ ਉਸ ਤੋਂ ਬਾਅਦ ਕਿਉ ਕੱਢੋ ਜੀ ਕਿਉ ਬਣਾਓ ਜੀ ਹੈਨਾ ਅਗਲਾ ਕਹਿੰਦਾ ਯਾਰ ਤੂੰ ਸਿੱਧੀ ਗਰੀਜ਼ ਲਾਓ ਮੈਂ ਨਹੀਂ ਕਹਿੰਦਾ ਵੀ ਇਹ ਮਲ ਹਰੀਕ ਬੰਦਾ ਕਰਦਾ ਪਰ ਜੋ ਹਾਲਾਤ ਬਣ ਗਏ ਜਿਸ ਤਰ੍ਹਾਂ ਦਾ ਨਿਆਰ ਆ ਗਿਆ ਉਹਦੇ ਚ ਕਿਤੇ ਨਾ ਕਿਤੇ ਕੁੰਡੀ ਆ ਦੁੱਧ ਵਾਲੀ ਗੱਲ ਤਾਂ ਆ ਗਈ ਮੈਂ ਇੱਕਦਮ ਹਿਸਾਬ ਲਾਉਂਦਾ ਸੀ ਵੀ ਜਿੰਨੀ ਸ਼ੱਕਰ ਆ ਜੀ ਪੰਜਾਬ ਜੋਂ ਤੁਸੀਂ ਕਦੇ ਚਲ ਜਾਓ ਬੜੀ ਸ਼ੱਕਰ ਵਾਲੀ ਆ ਕੈਨੇਡਾ ਦਾ ਕੱਪ ਉਹਨਾਂ ਦਾ ਵੀ ਨਾ ਭਾਜੀ ਖਾਂਡ ਨਹੀਂ ਖਾਣੀ ਸ਼ੱਕਰ ਠੀਕ ਆ ਮੈਂ ਸੋਚਦਾ ਨਾ ਵੀ ਇੰਨਾ ਗੰਨਾ ਇੰਨਾ ਕਮਾਦ ਪੰਜਾਬ 'ਚ ਹੈਗਾ ਕਿ ਦੀ ਇਹਦੀ ਕੈਲਕੂਲੇਸ਼ਨ ਵੀ ਕਰ ਲਿਓ ਸੋਸ਼ਲ ਮੀਡੀਆ ਦੇ ਕਿੰਨੀ ਵਾਰ ਆਪਾਂ ਦੇਖਦੇ ਆ ਉਹਦੇ ਜੀ ਆਪਣਾ ਪੰਜਾਬੀ ਭਾਈਚਾਰਾ ਬਹੁਤ ਪਿਛੇ ਸਾਨੂੰ ਤਾਂ ਹੁਣ ਨਵੀਂ ਪੀੜੀ ਨੂੰ ਗਾਹ ਗੁੜ ਬਣਾਉਣਾ ਆ ਆਉਣ ਵੜ ਗਿਆ ਹੈ ਸ਼ੱਕਰ ਦਾ ਦੂਰ ਦੀ ਗੱਲ ਆ ਉਹਦੇ ਲਈ ਵੀ ਜਿਹੜੇ ਬੰਦੇ ਪੰਜਾਬੋਂ ਬਾਹਰ ਲਿਨੇ ਉਹ ਆਣ ਕੇ ਉਹ ਕਹਿ ਲੋ ਛੱਡ ਜਾ ਪਾ ਲਿੰਦੇ ਆ ਝੂਠਾ ਸੱਚਾ ਜਾਂ ਉੱਥੇ ਚਾਰ ਟਰਾਲੀਆਂ ਗੰਨੇ ਦੀਆਂ ਸਟਾ ਲਿੰਦੇ ਆ ਮੁੜ ਕੇ ਕਈ ਵਾਰ ਵੀਡੀਓ ਆਉਂਦੀਆਂ ਹੁੰਦੀਆਂ ਵੀ ਇਧਰੋਂ ਉਧਰੋਂ ਗੰਦੀ ਮੰਦੀ ਜੀ ਖੰਡ ਲਿਆ ਕੇ ਦੇ ਫਿਰ ਉਹੋ ਹੀ ਕੋਲ ਕੋਲ ਕੇ ਦੀ ਸ਼ੱਕਰ ਬਣਾਉਣਾ ਪ੍ਰੇਸ਼ ਕਰੀ ਜਾਂਦੇ ਹੁਣ ਜਾਣਦੇ ਹੋ ਨਾ ਕਿ ਕੋਈ ਬਹੁਤ ਵੱਡੀ ਫੈਕਟਰੀ ਹੈ ਵੀ ਗੇਟ ਲੱਗਾ ਵੀ ਛਾਪ ਉਹ ਨੇਰੇ ਸਵੇਰੇ ਜਿਹੜੇ ਅਫਸਰ ਸਹਿਬਾਨ ਲੰਘਦੇ ਨਹੀਂ ਉਹੋ ਹੀ ਵੇਖ ਲਿਆ ਕਰਨ ਵੀ ਵੀਰ ਮੇਰੇ ਕਾਦੇ ਤੋਂ ਬਣਾਉਣਾ ਸ਼ੱਕਰਪੇਤ ਵਿਖਾਤੇ ਸੀ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਚੀਜ਼ ਅਸੀਂ ਸਵੇਰੇ ਸ਼ਾਮ ਖਾਣੀ ਆ ਅਸੀਂ ਖਾਣੀ ਆ ਤੁਸੀਂ ਠੀਕ ਕਿਹਾ ਵੀ ਲੀਡਰਾਂ ਦੇ ਨਿਆਣੇ ਕਿਹੜਾ ਵੀ ਕੋਈ ਸਾਰਾ ਕੋਈ ਮੰਗਲਗ੍ਰਹਿ ਤੋਂ ਆਉਂਦਾ ਇੱਥੋਂ ਹੀ ਖਾਂਦੇ ਨੇ ਸਾਰੇ ਉਹ ਸਾਰਾ ਕੁਝ ਅਸੀਂ ਰਲਿਆ ਮਿਲਿਆ ਇਧਰੋਂ ਉਧਰੋਂ ਖਾ ਕੇ ਅੰਦਰ ਸੁੱਟ ਜਾਂਦੇ ਨੇ ਡਸਟਬਿਨਾਂ ਵਾਂਗੂ ਤੇ ਬਾਅਦ ਕਿਨੇ ਯਾਰ ਸਾਨੂੰ ਫੁਲਾਨੀ ਬਿਮਾਰੀ ਹੋ ਗਈ ਯਾਰ ਉਹਨੂੰ ਰੋਕਣ ਲਈ ਸਾਰਾ ਢਾਂਚਾ ਇਹਦੇ ਆ ਨਹੀਂ ਨਾ ਵੀ ਕੋਈ ਅਸੀਂ ਕੇਂਦਰ ਤੋਂ ਫੰਡ ਲੈਣੇ ਆ ਵੀ ਬਾਕੀ ਇਹ ਨਹੀਂ ਸੰਧਾਲੀਆ ਸਭ ਤੁਸੀਂ ਇਹ ਦੇਖੋ ਮੈਂ ਨਾ ਮਨ ਚੇਤਾ ਆ ਗਿਆ ਕਰਨਾ ਤੁਸੀਂ ਗੁੱਸਾ ਨਹੀਂ ਮੈਂ ਤੇ ਪਹਿਲਾਂ ਹੀ ਕਰ ਲਿਆ ਨਾ ਮਤਲਬ ਕਰੀ ਜੋ ਹਾਂ ਨਹੀਂ ਮੈਨੂੰ ਇਸ ਵੀ ਮੈਂ ਪ੍ਰਾਈਮਰੀ ਟੀਵੀ ਦਾ ਪਰਿਵਾਰ ਸਾਡੇ ਨਾਲ ਹੈ ਪਰਿਵਾਰ ਵਾਲੇ ਵੀ ਤੂੰ ਉਹ ਕੋਈ ਖਾਈ ਜਾਂਦੇ ਜਿਵੇਂ ਉਹ ਕਰਨਾ ਹੁਣ ਹੋਇਆ ਕੀ ਤੁਸੀਂ 2 ਸਾਲ ਪਿੱਛੇ ਚਲੋ ਢਾਈ ਹਮ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਅਸੀਂ ਕਈ ਲੀਡਰਾਂ ਨੂੰ ਜਲੇਬੀਆਂ ਕੱਢਦੇ ਦੇਖਿਆ ਕਈ ਲੀਡਰਾਂ ਨੂੰ ਡੋਰੀ ਨਾਲ ਚਾਹ ਆਏ ਜਿੱਥੇ ਉੱਬਲਦੀ ਸੀ ਐਂ ਕਰਦੇ ਦੇਖਿਆ ਕਈ ਲੀਡਰਾਂ ਨੂੰ ਜਾ ਕੇ ਸਮੋਸੇ ਖਾਂਦੇ ਦੇਖਿਆ ਕਈ ਲੀਡਰਾਂ ਨੂੰ ਸਮੋਸਿਆਂ 'ਚ ਪੂਣੀ ਫੇਰਦੇ ਦੇਖਿਆ। ਕਈ ਲੀਡਰ ਜਿਹੜੇ ਸੀਗੇ ਉਹਨਾਂ ਨੂੰ ਇਦਾਂ ਦੇ ਕੰਮ ਕੋਈ ਬੀਬੀ ਇੱਕ ਮੈਨੂੰ ਯਾਦ ਆ ਲੀਡਰ ਬੀਬੀ ਉਹ ਆਟਾ ਹੀ ਗੁੰਨੀ ਜਾਂਦੀ ਸੀ ਕਿਸੇ ਦੇ ਜਾ ਕੇ ਭੈਣ ਤੁਸੀਂ ਪਰੇ ਹੋ ਥੱਕ ਗਈ ਹੋਣੇ ਸਵੇਤੀਆਂ। ਹੁਣ ਮੈਂ ਇਹ ਸੋਚਦਾ ਸੀ ਕਿ ਜਦੋਂ ਵੋਟਾਂ ਆਉਂਦੀਆਂ ਜੇ ਤੁਹਾਨੂੰ ਉਦੋਂ ਪਤਾ ਵੀ ਜਲੇਬੀਆਂ ਕਿੱਦਾਂ ਕੱਢੀਦੀਆਂ। ਕਿਸੇ ਲੀਡਰ ਨੇ ਮੈਂ ਨਹੀਂ ਦੇਖਿਆ ਜਲੇਬੀਆਂ ਚੋਰਸ ਕੱਢੀਆਂ ਹੁਣ ਕਿਹਨੂੰ ਪੰਜਾਬ ਦਾ ਪਤਾ ਹੀ ਨਹੀਂ। ਮੈਂ ਨਹੀਂ ਦੇਖਿਆ ਕਿ ਭਾਈ ਕਿਸੇ ਲੀਡਰ ਨੇ ਚਾਹ ਜਿਹੜੀ ਹੈ ਉਹਨੂੰ ਪਤਾ ਹੀ ਨਹੀਂ ਕਿ ਪਾਈ ਪਹਿਲਾਂ ਉਬਾਲਣੀ ਹੈ ਚੰਗੇ ਤਰੀਕੇ ਨਾਲ ਵਧੀਆ ਕਾੜਨੀ ਹੈ ਉਹਦੇ ਤੋਂ ਬਾ ਸਭ ਕੁਝ A B C D E ਉਹਨਾਂ ਨੂੰ ਸਭ ਕੁ ਕੁਲਚੇ ਦਾ ਵੀ ਪਤਾ ਕਿਹੜਾ ਪਰਮਾ ਕੁਲਚਾ ਹੈ ਕਿ ਇਹਦੇ ਛੋਲੇ ਬਾਹਰ ਪਲੇਟ ਦੇ ਵਿੱਚ ਰੱਖ ਕੇ ਤੇ ਬਰੈਡ ਉਹਦਾ ਵਖਰੀ ਰੱਖ ਕੇ ਖਾਈ ਦੀ ਸਭ ਪਤਾ ਉਹਨਾਂ ਨੂੰ ਪਰ ਇਹ ਕਿਉਂ ਨਹੀਂ ਪਤਾ ਕਿ ਭਾਈ ਮਲਾਵਟ ਜਿਹੜੀ ਹੈ ਉਹਨੂੰ ਦੂਰ ਆਪਾਂ ਕਿਦਾਂ ਕਰਨਾ ਹੈ ਹੁਣ ਤੁਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਲਾਓ ਪੰਜਾਬ ਦੇ ਵਿੱਚ ਇਸ ਵੇਲੇ ਜਿੰਨੀਆਂ ਚੀਜ਼ਾਂ ਵਿਕ ਰਹੀਆਂ ਨੇ ਹੁਣ ਹਸਪਤਾਲ ਭਰੇ ਪਏ ਆ ਡਾਕਟਰ ਪੂਰੇ ਨਹੀਂ ਹੁੰਦੇ ਦਵਾਈਆਂ ਦੇ ਉੱਤੇ ਕਿੱਡਾ ਵੱਡਾ ਬਜਟ ਸਾਡੀਆਂ ਸਰਕਾਰਾਂ ਦਾ ਲੱਗਦਾ ਹੈ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਦਰਸਤ ਕਰ ਦੇਣ ਨਾ ਸੰਧਾ ਵਾਲੀਆਂ ਸਭ ਹਸਪਤਾਲਾਂ 'ਚ ਲੋਕਾਂ ਦੀ ਜਾਣ ਦੀ ਗਿਣਤੀ ਘਟ ਜੇ ਹੂੰ ਇਹਨਾਂ ਨੂੰ ਬਹੁਤੇ ਡਾਕਟਰਾਂ ਨੂੰ ਤਨਖਾਹਾਂ ਨਾ ਦੇਣੀਆਂ ਪੈਣ ਹਸਪਤਾਲਾਂ ਦੇ ਵਿੱਚ ਕਤਾਰਾਂ ਨਾ ਲੱਗਣ ਤੇ ਉੱਥੋਂ ਫੋਟੋ ਖਿੱਚ-ਖਿੱਚ ਕੇ ਅਖਬਾਰਾਂ 'ਚ ਨਾ ਛਪਣ ਕਿ ਭਾਈਆ ਦੇਖੋ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਕਿੰਨੀ ਲੰਬੀ ਕਤਾਰ ਹੈ ਨਾ ਇਹਨਾਂ ਦਾ ਸਟਾਕ ਮੁੱਕੇ ਦਵਾਈਆਂ ਦਾ ਲੋਕ ਤੰਦਰੁਸਤ ਹੋਣਗੇ ਨਾ ਕੰਮ ਕਾਰ ਕਰਨਗੇ ਠੋਕ ਕੇ ਆਪਣਾ ਕਮਾਉਣਗੇ ਤੇ ਖਾਣਗੇ ਜਦੋਂ ਆਪਣਾ ਖਾਣਗੇ ਤਾਂ ਥੋੜੇ ਤੋਂ ਕਿਸੇ ਨੇ 500 ਰੁਪਈਆ ਮਹੀਨੇ ਦਾ ਥੋੜੀ ਮੰਗਣਾ ਨਾ ਤੁਹਾਨੂੰ ਕਹਿਣਾ ਪਵੇ ਬੀਬੀਆਂ ਨੂੰ ਦੀ 1000 ਰੁਪਈਆ ਦੇਣਾ ਨਾ ਤੁਹਾਨੂੰ ਮੁਫਤ ਸਫ਼ਰ ਦੀ ਗੱਲ ਅਗਲਾ ਕਵੇ ਮਾਨਣਾ ਚ ਪੰਜਾਬੀ ਨੇ ਮਾਨਣਾ ਜੀ ਹੋਣਾ ਚਾਹੁੰਦੇ ਆ ਪਰ ਬਿਮਾਰ ਪੰਜਾਬੀ ਮਾਨਣਾ ਨਹੀਂ ਜੀ ਸਕਦਾ ਨਿਆ ਮਾਨ ਜੇ ਨਾ ਜਿਹੜਾ ਤੁਸੀਂ ਕਰਦੇ ਆ ਨਾ ਜਦੋਂ ਇਦਾਂ ਮਤਲਬ ਤੇਵਰ ਜੇ ਵਿਖਾਉਨੇ ਆ ਕੋਈ ਇਹ ਜਿਹੜੀ ਸਾਡੇ ਵਾਲੀ ਮਤਲਬ ਲੀਡਰਾਂ ਵਾਲੀ ਕਹ ਲੋ ਕਿ ਵੀ ਹੈਗੀ ਆ ਫੇਰ ਢੀ ਥੱਲੇ ਲੈਣ ਨੂੰ ਕਾਲੇ ਹੋਇਆ ਨੇ ਤੁਸੀਂ ਉਹ ਆਂਦੇ ਵੀ ਕਿੱਦਾਂ ਮਤਲਬ ਆਖਾਂੀਆਂ ਵਿਖਾਉਂਦਾ ਜੀ ਹਾਂ ਇਹਨੂੰ ਥੋੜਾ ਸੈੱਟ ਕਰੀ ਇਹ ਇਹ ਇੱਕ ਮਾਮੂਲੀ ਗੱਲ ਆ ਕਿਸੇ ਨੂੰ ਲੱਗਦਾ ਹੁੰਦਾ ਵੀ ਯਾਰ ਮਲਾਵਟ ਆ ਯਾਰ ਜੀ ਇਹ ਹੀ ਮਲਾਵਟ ਕਾਲ ਨੂੰ ਤੁਹਾਨੂੰ ਕੈਂਸਰ ਦਿੰਦੀ ਆ ਕਾਲ ਨੂੰ ਤੁਹਾਨੂੰ ਕੋਈ ਹੋਰ ਰੋਗ ਦਿੰਦੀ ਆ ਜਿਹੜਾ ਜੀ 10 ਸਾਲ 15 ਸਾਲ ਤੁਹਾਡੇ ਚ ਬੜਾ ਤੰਦਰੁਸਤੀ ਨਾਲ ਜੀ ਸਕਦਾ ਸੀ ਉਹਦੇ ਤੇ ਤੁਸੀਂ ਲੱਖਾਂ ਰੁਪਈਆ ਜਿਹੜਾ ਕਿ ਇਧਰੋਂ ਉਧਰੋਂ ਕਿਸ ਤਰ੍ਹਾਂ ਵੀ ਤੁਸੀਂ ਮਿਹਨਤ ਨਾਲ ਕਮਾਇਆ ਉਹ ਜਾੜ ਬੈੰਨੇ ਆ ਤੇ ਉਸ ਤੋਂ ਬਾਅਦ ਉੱਤੇ ਸਰਾਣੇ ਬਹਿ ਕੇ ਸੋਚਦੇ ਆ ਵੀ ਯਾਰ ਅਹੀਂ ਤੇ ਸਭ ਕੁਝ ਕੀਤਾ ਇਹਦਾ ਕੁਝ ਨਹੀਂ ਬਣ ਸਕਿਆ ਉਹ ਸਾਰਾ ਕੁਝ ਆਉਦਾ ਤੇ ਇਹਨਾਂ ਚੀਜ਼ਾਂ ਤੋਂ ਹੀ ਆ ਜੇ ਇਹਨਾਂ ਤੇ ਰੋਕ ਲਾਉਣ ਵਾਲੀ ਸਰਕਾਰ ਹੋਵੇ ਤੇ ਕੀ ਗੱਲ ਲੋਕਾਂ ਨੂੰ ਜਾ ਕੇ ਦੱਸੇ ਵੀ ਵੀਰ ਅਸੀਂ ਆਜ ਕੰਮ ਕੀਤਾ ਤੁਸੀਂ ਚੈੱਕ ਕਰੋ ਠੀਕ ਹੈ ਨਾ ਐਡੇ ਵੀ ਕਮਲੇ ਨਹੀਂ ਯਾਰ ਪੰਜਾਬ ਵਾਲੇ ਵੀ ਹਰੇਕ ਬੰਦਾ ਆਖੀਓ ਵੀ ਯਾਰ ਨਹੀਂ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੁੱਧ ਪਾਏ ਮਲਾਵਟ ਵਾਲਾ ਪੀ ਜਾਓ ਸਾਨੂੰ ਤਾਂ ਆ ਚਾਹੀਦਾ ਇਦਾਂ ਦਾ ਹੈ ਨਹੀਂ ਕੁਝ ਵੀ ਜੇ ਤੁਸੀਂ ਚੰਗਾ ਕਰਦੇ ਹੋ ਚੰਗਾ ਨੂੰ ਚੰਗੇ ਕਹਿਣਗੇ ਹੁਣ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਈ ਇਹ ਉਪਜਦਾ ਤੇ ਸਾਰਾ ਕੁਝ ਭ੍ਰਿਸ਼ਟਾਚਾਰ ਤੋਂ ਹੀ ਆ ਨਾ ਮੰਨ ਲਓ ਮੈਂ ਆ ਮੇਰੇ ਕੋਲ ਇੱਕ ਕੁਰਸੀ ਆ ਮੈਂ ਬਾਟਸਾਲ ਦੀ ਫੈਕਟਰੀ ਆ ਤੇ ਮੈਂ ਕਹਾਂ ਵੀ ਤੁਸੀਂ ਸਦਾ ਸਾਬ ਪਤਾ ਲੱਗਾ ਬਾਹਰ ਤੁਸੀਂ ਡੇਢ ਦੋ ਨੰਬਰ ਵਾਲਾ ਕੰਮ ਕਰਦੇ ਆ ਤੁਸੀਂ ਮੈਨੂੰ ਗੁੱਟੋਂ ਫੜਿਆ ਦਿਆਂ ਆਓ ਸਰ ਬੈਠੋ ਕਿਹੜੀ ਗੱਲ ਕਰਦੇ ਏਸੀ ਛੱਡੋ ਗਰਮੀਆਂ ਜਾਂ ਜੇ ਠੰਡਿਆ ਦੇ ਹੀਟਰ ਲਾਓ ਇੱਕ ਰੰਗ ਸਾਹਮਣੇ ਖਾਣ ਪੀਣ ਵਾਲੇ ਪਦਾਰਥ ਰੱਖੇ ਨਾਲ ਹੀ ਬੰਦਾ ਇੱਕ ਬਾਹਰੋਂ ਸੱਦਿਆ ਆ ਥੋੜਾ ਜਿਹਾ ਪਿਆਰ ਸੀ ਥੋੜਾ ਜਿਹਾ ਰੱਖੋ ਤੁਸੀਂ ਬੱਚਿਆਂ ਲਈ ਕੁਝ ਵੀ ਨਹੀਂਗਾ ਅਸੀਂ ਕੀ ਕਰ ਸਕਦੇ ਹੈ ਸ਼ਕਨ ਨਹੀਂ ਹੈ ਹਾਂ ਹੈਨਾ ਤੇ ਕੋਈ ਗੱਲ ਨਹੀਂ ਤੁਸੀਂ ਹੁਕਮ ਜਿੱਦਾ ਲਾਇਆ ਆਪਾਂ ਉਦਾਂ ਕਰ ਲਵਾਂਗੇ ਹੈ ਤੁਸੀਂ ਬਸ ਖਿਆਲ ਰੱਖਣਾ ਆਪਾਂ ਤੁਹਾਡਾ ਖਿਆਲ ਰੱਖਾਂਗੇ ਤੁਸੀਂ ਸਾਡਾ ਖਿਆਲ ਰੱਖਣਾ ਉਹ ਉਹ ਸਭ ਦਾ ਵੱਡੇ ਲੈਵਲ ਤੋਂ ਸ਼ੁਰੂ ਹੋਵੇ ਹੌਲੀ ਹੌਲੀ ਜਾਂਦਾ ਜਾਂਦਾ ਜਿਹੜਾ ਕੋ ਮੇਰੇਗਾ ਬਿਲਕੁਲ ਛੋਟਾ ਮੁਲਾਜ਼ਮ ਹੀ ਆ ਉਹਨੂੰ ਹੀ ਜਾਪੇ ਵੀ ਯਾਰ ਜੇ ਉੱਪਰ ਗੱਫਾ ਲੱਖਾਂ ਜਾਂਦਾ ਮੈਂ 2 4 ਯਾਰ ਵਾਲਾ ਹੀ ਗੱਫਾ ਲਿਆ ਮੈਂ ਕੀ ਲਿਆ ਦੱਸ ਇਹਦੇ ਵਿੱਚ ਹੈ ਨਾ ਉਹ ਜਿਹੜੀ ਰੁਟੀਨ ਆ ਚੱਲ ਵੀ ਹਰੇਕ ਨੂੰ ਲੱਗਣ ਲੱਗ ਪਿਆ ਵੀ ਵੀਰ ਕੰਮ ਤਾਂ ਠੀਕ ਆ ਕੁਰਸੀ ਮੈਨੂੰ ਮਿਲੀ ਆ ਮਹੀਨੇ ਬਾਅਦ ਤਨਖਾਹ ਵੀ ਮਿਲਣੀ ਆ ਇਹਦੇ ਮੇਰਾ ਹੱਕ ਬਣਦਾ ਉਤੋਂ ਮੈਂ ਕੀ ਕਰਨਾ ਮੈਂ ਉਹਦੇ 'ਚ ਧਿਆਨ ਦੇ ਹੁਣ ਜਿਹੜੇ ਬੰਦੇ ਦਾ ਧਿਆਨ ਨਹੀਂ ਭ੍ਰਿਸ਼ਟਾਚਾਰ ਵਾਲੇ ਪਾਸੇ ਉਹ ਤਾਂ ਤੁਸੀਂ ਕਿੱਥੋਂ ਭਾਲਦੇ ਹੋ ਬੰਦ ਨੂੰ ਨੀਤੀ ਦੇ ਦੂਗਾ ਉਹ ਤੁਹਾਨੂੰ ਫੀਡਬੈਕ ਦੇ ਦੂਗਾ ਲੋਕਾਂ ਦੀ ਉਹ ਲੋਕਾਂ ਦੀ ਸਹੂਲਤ ਦਾ ਧਿਆਨ ਰੱਖ ਦੋ ਉਹਦੇ ਕੋ ਉਡਾਉਣੀ ਪਾਓ ਲੋਕ ਚੀਕਾਂ ਕਿੱਦਾਂ ਮਾਰਨ ਤੇ 100 ਕਾਲਾਂ ਨਾਲ ਵੱਧ ਕਿੱਦਾਂ ਬਣੇ 117 ਪੰਜਾਬ ਦੇ ਵਿਧਾਨ ਸਭਾ ਹਲਕੇ ਨੇ ਅਸੀਂ ਆਪਣੇ ਪ੍ਰੋਗਰਾਮ ਨਹੀਂ ਸੱਦਾ ਦਿੰਨੇ ਆ ਪੰਜਾਬ ਦੇ 117 ਵਿਧਾਇਕ ਚਲੋ ਚਾਰ ਹਲਕੇ ਖਾਲੀ ਆ 117 ਬੰਦੇ ਉਹ ਜਿਹੜੇ ਹਾਰ ਕੇ ਦੂਜੇ ਨੰਬਰ ਤੇ ਆਏ ਸੀ 117 ਬੰਦੇ ਉਹ ਜਿਹੜੇ ਤੀਜੇ ਤੇ ਐਸੀ 117 ਇਹ ਉਹ ਤੁਸੀਂ ਕਿੰਨੇ ਕੁ ਬਣੇ 400 500 ਬੰਦਾ ਬਣ ਗਿਆ ਤੁਸੀਂ 500 ਬੰਦਾ ਹੱਥ ਖੜਾ ਕਰਕੇ ਦੱਸੋ ਤੁਹਾਡੇ ਹਲਕੇ ਦੇ ਵਿੱਚ ਬਿਨਾਂ ਪੈਸਿਆਂ ਤੋਂ ਕੰਮ ਹੋ ਜਾਂਦੇ ਆ ਸਾਰੇ ਹੂੰ ਸੱਤਾਧਾਰੀ ਵੀ ਵਿਰੋਧੀ ਵੀ ਇਹ ਕੁਰਸੀ ਬੰਦੇ ਆਪਾਂ ਸਾਰੇ ਜੇ ਤਾਂ ਬਿਨਾਂ ਪੈਸਿਆਂ ਤੋਂ ਬਿਨਾਂ ਰਿਸ਼ਵਤ ਤੋਂ ਲੋਕਾਂ ਦੇ ਕੰਮ ਹੁੰਦੇ ਆ ਫੇ ਵਧੀਆ ਹੂੰ ਤਾਂ ਜੇ ਤੁਸੀਂ ਹੱਥ ਖੜੇ ਨਾ ਨਾ ਕੀਤੇ ਕਸੂਰ ਤੁਹਾਡਾ ਵੀ ਹੈ ਸੱਤਾਧਾਰੀ ਦਾ ਕਸੂਰ ਇਸ ਕਰਕੇ ਕਿ ਤੁਹਾਡੇ ਹੱਥ ਤਾਕਤ ਹੈ ਵਿਰੋਧੀ ਧਿਰ ਦਾ ਕਸੂਰ ਇਸ ਕਰਕੇ ਕਿ ਤੁਸੀਂ ਵਿਰੋਧ ਕਰਨਾ ਥੋਨੂੰ ਵੀ ਹਜ਼ਾਰਾਂ ਲੋਕਾਂ ਨੇ ਵੋਟਾਂ ਪਾਈਆਂ ਹੂੰ ਕਿੰਨੇ ਕ ਦਫਤਰ ਨੇ ਕਿਤੇ ਇੱਕ ਵਿਧਾਨ ਸਭਾ ਹਾਲ ਕੇ ਚ ਤਹਿਸੀਲਦਾਰ ਹੋਊਗਾ ਬੀ ਡੀ ਪੀ ਦਾ ਦਫਤਰ ਹੋਊਗਾ ਖੇਤੀਬਾੜੀ ਦਾ ਦਫਤਰ ਹੋਊਗਾ ਨਹਿਰੀ ਵਿਭਾਗ ਦਾ ਦਫਤਰ ਹੋਊਗਾ ਥਾਣਾ ਹੋਊਗਾ ਕਿੰਨੇ ਕ ਦਫਤਰ ਨੇ ਕਿਤੇ 10 ਵੀ ਨਹੀਂ ਹੋਣੇ ਹਮ ਬਹਿ ਜਾਓ ਤਾਂ ਜਾ ਕੇ ਬਹਿ ਜਾ ਕਰੋ ਤਾਂ ਉੱਥੇ ਦਰੀਬਸ਼ਾਕ ਮੋਰੇ ਲਾ ਦਿਓ ਤਾਂ ਕਾਊਂਟਰ ਵੋਟਾਂ ਵੇਲੇ ਵੀ ਤਾਂ ਮਹੀਨਾ ਮਹੀਨਾ ਦਫਤਰ ਖੋਲਦੇ ਹੋ ਨਾ ਵਧੀਆ ਚਾਹ ਵੀ ਬਣਾਉਣੀ ਹੈ ਉਹ ਝੰਡੀਆਂ ਵੀ ਦਿਨੇ ਹੋ ਪੋਸਟਰ ਵੀ ਦਿਨੇ ਹੋ ਸਭ ਕੁਝ ਕਰਦੇ ਹੋ ਇਹ ਵੀ ਕਿਨੇ ਪਿੱਛਿਓਂ ਦੀ ਲੈ ਜੀ ਨਹੀਂ ਤਾਂ ਚੋਣ ਕਮਿਸ਼ਨ ਦੇਖ ਲਓ ਤੁਸੀਂ ਇਸ ਸਾਰੀ ਪ੍ਰਕਿਰਿਆ ਚ ਲੋਕਾਂ ਦੇ ਲਈ ਕਾਊਂਟਰ ਲਾਓ ਕਿ ਮੈਂ ਤੁਹਾਡੇ ਤੋਂ ਦੱਸੋ ਕਿਥੋਂ ਪੈਸੇ ਮੰਗਦੇ ਆ ਜੇ ਨਹੀਂ ਕਾਊਂਟਰ ਲਾਉਂਦੇ ਤਾਂ ਮੰਨ ਲਓ ਤੁਸੀਂ ਬਰਾਬਰ ਦੇ ਹਿੱਸੇਦਾਰ ਹੋ ਭਾਈ ਫਿਰ ਭਾਈ ਵਾਲੋਂ ਤੁਸੀਂ ਇਸ ਕੰਮ ਦੇ ਵਿੱਚ ਮੈਂ ਨਹੀਂ ਕਿ ਨਾ ਪੈਸੇ ਲੈਨੇ ਹਾਂ ਪਰ ਲੋਕਾਂ ਦੇ ਸ਼ੋਸ਼ਣ ਚ ਭਾਈ ਵਾਲੋਂ ਤੁਸੀਂ ਵੇਖੋ WhatsApp ਗੱਲਾਂ ਇਹ ਬਿਲਕੁਲ ਸੱਚੀਆਂ ਨੇ ਤੇ ਹੈ ਵੀ ਤੱਤੀਆਂ ਨੇ ਇੱਕ ਗੱਲ ਇੱਥੇ ਇਹ ਵੀ ਆ ਕੋਈ ਇਹ ਨਾ ਆਖੇ ਵੀ ਅਸੀਂ ਅੱਜ ਗੱਲ ਕਰਨ ਲੱਗੇ ਆ ਆਪਾਂ ਜਦੋਂ ਦੇ ਲੱਗੇ ਉਦੋਂ ਦੀ ਇਹ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਵੀ ਪੋਲਿਟੀਕਲ ਪਾਰਟੀਆਂ ਦੇ ਕਈ ਲੀਡਰਾਂ ਦਾ ਤੁਸੀਂ ਇੰਟਰਵਿਊ ਕਰ ਲਈ ਮੈਂ ਕਰ ਕਰ ਛੱਡਤੀਆਂ ਜਿੰਨੂੰ ਪੁੱਛੋ ਜਿਹੜਾ ਦਰੀ ਤੇ ਹੁੰਦਾ ਉਹ ਕਹਿੰਦਾ ਇਹ ਖਾ ਗਏ ਚੋਰ ਏ ਲੁੱਟ ਕੇ ਲੈ ਗਏ ਮੈਨੂੰ ਸਾਭ ਲਵਾਂਗੇ ਹਾਂ ਮੈਨੂੰ ਦਿਓ ਮੌਕਾ ਜਿਹੜਾ ਕੁਰਸੀ ਦੇ ਬਹਿ ਜਾਂਦਾ ਉਹ ਫਿਰ ਉਹ ਪੀੜੇ ਕਰਦਾ ਉੱਥੇ ਮੱਕਣ ਦੇ ਗੋਲ ਗੋਲ ਵੀ ਉਹ ਕਹਿੰਦਾ ਵੀ ਬਸ ਭਾਈ ਸਾਹਿਬ ਮੈਂ ਵੇਖੀ ਸੀ ਹੁਣ ਸਾਰਾ ਕੁਝ ਕਰਦਾ ਸਾਰਾ ਕੁਝ ਬਸ ਹੁਣ ਮੈਂ ਖੰਮਤ ਅਲੀ ਲੈ ਲਿਆ ਤੇ ਜਦਨ ਕੰਮ ਉਹ ਮੁੱਕ ਜਾਂਦਾ ਨਾਉ ਉਲਾਬ ਦਾ ਨਾ ਦਰੀ ਵਾਲਾ ਅਲਾਬ ਦਾ ਲੋਕ ਉਚਾਰੇ ਝੂੜਦੇ ਰਹਿੰਦੇ ਹੁਣ ਮੈਂ ਇੱਕ ਗੱਲ ਸੋਚਦਾ ਪੰਜਾਬ ਦੇ ਵਿੱਚ ਰੇਤ ਤੇ ਬਜਰੀ ਇਹ ਕਿਦਣ ਦਾ ਮੁੱਦਾ ਯਾਰ ਬਾਈ ਉਹਨੂੰ ਤੁਸੀਂ ਭ੍ਰਿਸ਼ਟਾਚਾਰ ਦਾ ਮੁੱਦਾ ਕਹਿ ਲਓ ਇਹਨੂੰ ਤੁਸੀਂ ਇਹਨੂੰ ਤੁਸੀਂ ਹੋਰ ਨੈਕਸਸ ਕਹਿ ਲਓ ਇਹਨੂੰ ਤੁਸੀਂ ਮਾਫੀਆ ਰਾਜ ਕਹਿ ਲਓ ਪਰ ਇਹ ਕਿੰਨੇ ਸਾਲਾਂ ਤੋਂ ਚੱਲੀ ਜਾਂਦਾ ਤੇ ਜੇ ਮੰਨ ਲਓ ਜਦੋਂ ਅਕਾਲੀ ਭਾਈਪਾ ਸਰਕਾਰ ਸੀ ਉਦੋਂ ਕਾਂਗਰਸੀ ਨੂੰ ਲੱਗਦਾ ਵੀ ਸਵੇਰੇ ਹੀ ਟਿੱਪਰ ਰੋਕ ਦੇਣੇ ਜਿੱਦਣ ਕੈਪਟਨ ਸਾਹਿਬ ਆ ਗਏ ਉਹ ਵੀ ਚੁੱਪ ਕਰਕੇ ਬਹਿ ਗਏ ਚੰਨੀ ਸਾਹਿਬ ਵੀ ਤਿੰਨ ਚਾਰ ਮਹੀਨੇ ਲਾ ਕੇ ਭੰਗੜਾ ਭੋਂੜਾ ਪਾ ਕੇ ਨਿਕਲ ਗਏ ਲੱਭੇ ਉਹਨਾਂ ਨੂੰ ਨਰੀਦ ਬਜਰੀ ਵਾਲੇ ਟਿੱਪਰ ਜਿੱਦਣ ਇਹ ਕਹਿੰਦੇ ਵੀ ਆਉਣ ਦੇ ਸਹੀ ਕੇਰੀਵਾਲ ਸਾਹਿਬ ਵੀ ਹਿਸਾਬ ਲਈ ਜਾਂਦੇ ਉਹ ਕਹਿੰਦੇ 20000 ਕਰੋੜ ਤਾਂ ਇੱਥੇ ਪਿਆ ਉਹ ਮੁਰਗੇ 2000 ਕਰੋੜ ਰੁਪਏ ਛੱਡ ਕੇ 20 ਰੁਪਏ ਵੀ ਨਹੀਂ ਲੱਭੇ ਯਾਰ ਸੰਧਾਲੀਆ ਸਭ ਕਈ ਵਾਰੀ ਨਾ ਚਲੋ ਤੁਹਾਡਾ ਤਾਂ ਧਿਆਨ ਨਹੀਂ ਹੁੰਦਾ ਕਿਉਂਕਿ ਤੁਸੀਂ ਬੈਠੇ ਹੁੰਨੇ ਹੋ ਡਾਈਨਿੰਗ ਹਾਲ ਜਿੱਥੇ ਰੋਟੀ ਖਾਈਦੀ ਆ ਟੇਬਲ ਦੇ ਉੱਤੇ ਤੇ ਵੱਡੇ ਤੇ ਹਾਂ ਤੁਸੀਂ ਇਦਾਂ ਕੁਰਸੀ ਤੇ ਬਹਿ ਜਾਂਦੇ ਹੋ ਤੁਹਾਡੇ ਇੱਥੇ ਲੱਤਾਂ ਦੇ ਪੱਟਾਂ ਤੇ ਇੱਕ ਚਿੱਟਾ ਯਾਰ ਮਾਲ ਵੱਡਾ ਸਾਰਾ ਰੱਖ ਜਾਂਦੇ ਹੋ ਹਾਂ ਕੋਈ ਆਣ ਕੇ ਵਿਛਾ ਕੇ ਇੱਥੇ ਡੰਗ ਜਾਂਦਾ ਬੰਦਾ ਗਿਲਤੀ ਨਹੀਂ ਆਣਿਆ ਗੇ ਤੇ ਤੁਹਾਡੇ ਮੂਰੇ ਫਿਰ ਇਦਾਂ ਉਹ ਖਾਣਾ ਆਈ ਜਾਂਦਾ ਯਸ ਸਰ ਸਰ ਔਰ ਕੀ ਲੇਗੀ ਤਾਂ ਜਿਹੜਾ ਬੰਦਾ ਮੇਰੇ ਵਰਗਾ ਚੌਂਕੇ 'ਚ ਬੈਠ ਕੇ ਖਾਣ ਵਾਲਾ ਨਾ ਹਾਂ ਉਹਨੂੰ ਪਤਾ ਹੈ ਕਿ ਬੀਬੀਆਂ ਕਈ ਵਾਰੀ ਨਾ ਦੋ ਤਿੰਨ ਪੇੜੇ ਇਕੱਠੇ ਕਰ ਲੈਂਦੀਆਂ ਇਹ ਸਿਆਸਤਦਾਨ ਵੀ ਦੋ ਤਿੰਨ ਪੇੜੇ ਇਕੱਠੇ ਕਰਦੇ ਆ ਕਿ ਹਸਾਬ ਲਵਾਂਗੇ ਆ ਬੰਦ ਕਰਾਂਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੂੰ ਡੇਰੇ ਰਕ ਬੰਦਾ ਕਹਿੰਦਾ ਬਸ ਹੋਰ ਰੋਟੀ ਨਹੀਂ ਉਹ ਬੀਬੀਆਂ ਦੇਖਦੀਆਂ ਅੱਛਾ ਦੋ ਪੇੜੇ ਵਾਧੂ ਆ ਉੱਥੋਂ ਹੀ ਪੇੜਾ ਚੱਕ ਕੇ ਪੁਰਾਣੇ ਆਟੇ 'ਚ ਫੇਰ ਉਹ ਮਿਕਸ ਕਰੁੰਦੀਆਂ ਐਂ ਕਾਉਲੇ ਪਾ ਕੇ ਸਿੱਧਾ ਚੱਕ ਫ੍ਰਿਜ 'ਚ ਇਹ ਸਿਆਸਤਦਾਨ ਨੇ ਜਿਹੜਾ ਲੋਕਾਂ ਦੇ ਨਾਲ ਵਾਅਦਿਆਂ ਦਾ ਪੇੜਾ ਕਰਕੇ ਮੁੜ ਕੇ ਮੁੱਖ ਆਟੇ 'ਚ ਫੇਰ ਮਿਲਾਂਦੇ ਆ ਨਾ ਉਹਨੇ ਕੰਮ ਖਰਾਬ ਕੀਤਾ ਤੁਸੀਂ ਆ ਰੇਤਾ ਬਜਰੀ ਰੇਤਾ ਬਜਰੀ ਥੋਡੀ ਲੋਡ ਹੀ ਨਹੀਂ ਆਂ ਬੰਦੇ ਦੀ 70% ਪੰਜਾਬੀਆਂ ਦੀ ਲੋਡ ਨਹੀਂ ਹੈ ਜੇ ਕਿਉਂਕਿ ਮੈਂ ਦੋ ਚੀਜ਼ਾਂ ਤੇ ਇੱਕ ਨਾ ਪਿੱਛੇ ਜਾ ਬੜਾ ਕੰਮ ਚੱਲਿਆ ਸੀ ਕਿ ਭਾਈ ਜਿਹੜਾ ਵੀ ਬੰਦਾ ਨਾ ਥੋੜੇ ਜਿਹਾ 4 5 7 ਪਿੰਡਾਂ ਦਾ ਲੀਡਰ ਹੈ ਤੇ ਐਮਐਲਏ ਦੇ ਨਾਲ ਦਾ ਸੰਧਾਲੀਆ ਸਭ ਉਹ ਬੰਦਾ ਬਣਾਉਣ ਲੱਗ ਪੈਂਦਾ ਸੀ ਇੱਟਾਂ ਨਹੀਂ ਆ ਉਹ ਕਿਹੜੀਆਂ ਹੁੰਦੀਆਂ ਸੀ ਉਹ ਕੀ ਕਹਿੰਦੇ ਉਹਨਾਂ ਨੂੰ ਨਾ ਇੰਟਰਲੌਕ ਟਾਈਲਾਂ ਤੁਹਾਨੂੰ ਹੀ ਪਤਾ ਹੋਣਾ ਤੇ ਇੰਨਾ ਉਹ ਯਾਰ ਉਹ ਤਾਂ ਸਾਰੇ ਥਾਂ ਹੀ ਲਗੀਆਂ ਨੇ ਇੰਟਰਲੌਕ ਟਾਈਲਾਂ ਦੀ ਫੈਕਟਰੀ ਲਾਈ ਆ ਜੀ ਉਹਨੇ ਫਿਰ ਕ੍ਰੈਸ਼ਰ ਲਾਉਣ ਲੱਪੈ ਸਾਰੇ ਜਾਣੀ ਇਹ ਪਿਛਲੇ 10-15 ਸਾਲੇ ਪੜਾ ਚੱਲਿਆ ਕੰਮ ਕਿ ਭਾਈ ਚਲੋ ਕੀ ਹੀ ਉਹ ਆਪਣੀ ਬਣਦੀ ਉਹਨਾਂ ਨਾਲ ਕ੍ਰੈਸ਼ਰ ਜਿਹਾ ਲਾ ਲਿਆ ਚਾਰ ਪੈਸੇ ਬਣੀ ਜਾਂਦੇ ਆ ਤੇ ਆਪਣਾ ਕਿਹੜਾ ਕੀ ਗੱਲ ਆ ਉਹਨਾਂ ਦੇ ਨਾਲ ਹਿਸਾਬ ਕਿਤਾਬ ਜਿਹਾ ਰੱਖੀਂਦਾ ਠੀਕ ਹੈ ਮੈਂ ਤਾਂ ਸੰਧਾਲੀਆ ਸਭ ਇੱਕ ਬੇਨਤੀ ਕਰਦਾ ਕਿ ਸਭ ਤੋਂ ਵੱਡਾ ਰੌਲਾ ਰੇਤ ਦਾ ਨਹੀਂ ਹੱਲ ਹੋਇਆ ਨਾ ਕਿਸੇ ਸਰਕਾਰ ਤੋਂ ਪੰਜਾਬ ਦੇ ਲੋਕ ਸਿਰਫ ਓਡਾ ਘਰ ਬਣਾਉਣ ਜਿੱਡਾ ਰਹਿਣ ਨੂੰ ਚਾਹੀਦਾ ਨਿਆਣੇ ਤੋਂ ਥੋੜੇ ਬਾਹਰ ਜਾਂਦੇ ਆ ਆਪਣੇ ਕੋ ਪੋਚੇ ਲੱਗਦੇ ਨਹੀਂ ਹੈਗੇ ਜੇ ਆਪਾਂ ਘਰ ਛੋਟਾ ਬਣਾਵਾਂਗੇ ਨਾ ਰਹਿਣ ਯੋਗ ਸੰਧਾਲੀਆਂ ਸਭ ਜੇ ਘਰ ਬਣਾਉਂਦੇ ਆ 10 ਟਰਾਲੀਆਂ ਰੇਤਾ ਦੇ ਲਗਣੀਆਂ 6 ਲਗਣੀਆਂ ਮੈਂ ਇੱਕ ਛੋਟੀ ਜੀ ਗੱਲ ਮੈਂ ਇਹ ਵੀ ਕਮੈਂਟਾਂ ਦੇ ਰੂਪ ਚ ਟਿੱਪਣੀ ਜ਼ਰੂਰ ਆਵੇ ਜਿਨ੍ਹਾਂ ਨੇ ਆਪਣੇ 3 ਪੁੱਤ ਵਿਦੇਸ਼ਾਂ ਚ ਗਏ ਉਹਨਾਂ ਦੋ ਮੰਜ਼ਲੀ ਤਿੰਨ ਮੰਜ਼ਲੀ ਕੋਠੀ ਪਾਈ ਜੀ ਜਿਹੜਾ ਦੂਜੀ ਮੰਜ਼ਲ ਵਾਲਾ ਜਾਂ ਤੀਜੀ ਮੰਜ਼ਲ ਵਾਲਾ ਬੈੱਡਰੂਮ ਆ ਜਿਹਦੇ ਵਿੱਚ ਵੀ ਅੱਗੇ ਐ ਆਪਣੇ ਲੋ ਪੂਰਾ ਮਿਹਨਤ ਲਾ ਕੇ ਉਹਨਾਂ ਨੇ ਤੇ ਬਣਾਇਆ ਦੇ ਵਿੱਚ ਜਦੋਂ ਕਿਤੇ ਆਵਾਂਗੇ ਇੱਥੇ ਰੁਕਾਂਗੇ ਹੈਨਾ ਉਹ ਜਿਹੜੀ ਮਾਤਾ ਜਾਂ ਬਾਪੂ ਉੱਥੇ ਰਹਿ ਗਏ ਹੁਣ ਉਹਦੇ ਗੋਡੇ ਰਹਿ ਗਏ ਹੁੰਦੇ ਆ ਉਨੇ ਉਥੇ ਲੌਬੀ ਜੀ ਮੰਜਾ ਹੁੰਦਾ ਉਹ ਕਹਿੰਦੇ ਵੀ ਨਾ ਪੌੜੀਆਂ ਪੁੱਤ ਚੜੀਆਂ ਨਹੀਂ ਜਾਂਦੀਆਂ ਤੇ ਕੀ ਐ ਕਿੰਨੇ ਗਨੇ ਜਿਨ੍ਹਾਂ ਨੂੰ ਦੱਬ ਜਦੋਂ ਕਿਤੇ ਆਪ ਜਾਈਏ ਤੇ ਉਦੋਂ ਤੋਂ ਪਹਿਲਾਂ ਦੋਕ ਦਿਨ ਉਹਨਾਂ ਨੇ ਕਹਿ ਕਵਾ ਕੇ ਉਧਰ ਉਧਰ ਸਵਾਹੀ ਕਰਾ ਦੇਣੀ ਹੁੰਦੀ ਕਿਸੇ ਨਾ ਕਿਸੇ ਕੋਲੋਂ ਨਹੀਂ ਤੇ ਆਪ ਮਾਦਾ ਪੁੱਤ ਤੁਸੀਂ ਜਦੋਂ ਤੇ ਗਏ ਮੈਂ ਤੇ ਉੱਥੇ ਗਈ ਨਹੀਂ ਕੋਠੇ ਤੇ ਖੋਲੇ ਕਿੱਥੇ ਆ ਜਦੋਂ ਕਿਤੇ ਆ ਭੈਣ ਤੁਹਾਡੇ ਆਉਂਦੀ ਆ ਉਹ ਆਣ ਕੇ ਦੇਦੂ ਖਲੈਂਦੀ ਆ ਤੇ ਉਹਨਾਂ ਨੂੰ ਕਹਿੰਦਾ ਤੂੰ ਧੀਆ ਦੇਖ ਲੈ ਹਾਵਲ ਵੀ ਇਹ ਆਪਣੀ ਤਰਾਸਦੀ ਤਰਾਸਦੀ ਆ ਇੱਕ ਸੰਧਾਲੀਆ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਬਹੁਤ ਚੰਗੀਆਂ ਕਿਰਤਾਂ ਕੀਤੀਆਂ ਕਮਾਈਆਂ ਕੀਤੀਆਂ ਥੋੜਾ ਜੀ ਕਰਦਾ ਸੀ ਬਣਾਈਏ ਤੁਸੀਂ ਵੈਸਟਰਨ ਸਟਾਈਲ ਨਾਲ ਵੀ ਬਣਾਏ ਪਰ ਮੈਂ ਅਜ ਇੱਕ ਪ੍ਰਵਾਸੀਆਂ ਨੂੰ ਵੀ ਬੇਨਤੀ ਕਰਦਾ ਤੁਸੀਂ ਜਾਣੇ ਹੋ 15 ਦਿਨ 20 ਦਿਨ ਮਹੀਨਾ 2 ਮਹੀਨੇ ਤੇ ਨਿਆਣੇ ਸਪੈਸ਼ਲ ਨਾਲ ਲੈ ਕੇ ਜਾਣੇ ਹੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਬਾਵਜੂਦ ਕਿ ਬੀਬੀ ਪਾਪੇ ਨੂੰ ਮਿਲਣਗੇ ਕੁਝ ਪੰਜਾਬ ਦਾ ਪਤਾ ਲੱਗੂ ਤੁਸੀਂ ਇੱਕ ਮੰਜ਼ਲ ਹੀ ਬਣਾਓ ਚਲੋ ਦੋ ਵੀ ਬਣਾਉਣੀਆਂ ਉਨਾਂਕ ਬਣਾਓ ਆਪਾਂ ਬੀਬੀ ਪਾਪੇ ਵਾਲੇ ਕਮਰੇ 'ਚ ਹੀ ਸੌਣਾ ਰੋਲਾ ਤੇ ਹੀ ਅਸੀਂ ਨਿਆਣਿਆਂ ਨੂੰ ਕਹਿੰਨੇ ਆ ਕਿ ਅਸੀਂ ਨਾਨੀ ਤੋਂ ਬਾਤਾਂ ਸੁਣਦੇ ਸੀ ਦਾਦੀ ਤੋਂ ਬਾਤਾਂ ਸੁਣਦੇ ਸੀ ਤੁਸੀਂ ਆਪਾਂ ਪਾਪਾ ਜੀ ਨਾਲ ਗੱਲਾਂ ਕਰਨੀਆਂ ਹੁੰਦੀਆਂ ਆਪਾਂ ਵੱਖਰੇ ਬੈਡਰੂਮ 'ਚ ਤਾਂ ਸੌਣ ਜਾਣਾ ਹੀ ਨਹੀਂ ਹੂੰ ਆਪਾਂ ਤਾਂ ਉਹਨਾਂ ਦੀ ਹੁੰਦ ਦਾ ਨਿਗ ਮੰਨਣਾ ਵੱਡੇ ਕਮਰੇ ਦੂਕਸ਼ਤੋਂ ਆਹ ਐਂ ਸੈਂਟਰਲੀ ਸੀ ਹੁਣ ਕੋਈ ਗੱਲ ਨਹੀਂ ਤਾਂ ਕੀ ਹੋਇਆ ਆਪਾਂ ਤਾਂ ਉੱਥੇ ਉਹਨਾਂ ਦੇ ਕੋਲੇ ਰਹਿਣ ਜਾਣਾ ਜੇ ਕੋਈ ਮਾਸੀ ਆਉਂਦੀ ਐ ਭੂਆ ਆਉਂਦੀ ਐ ਮਾਮੇ ਆਉਂਦੇ ਐ ਉਹ ਕੰਬ ਵੱਖਰੇ ਕਮਰੇ ਸੌਣ ਦਾ ਆਉਂਦੇ ਹੀ ਨਹੀਂ ਇਸ ਕਰਕੇ ਆਪਾਂ ਥੋੜਾ ਛਤੀ ਇੱਕ ਤਾਂ ਸਾਡੀ ਖੇਤੀਬਾੜੀ ਵਾਲੀ ਜ਼ਮੀਨ ਬਚ ਜੂ ਦੂਜਾ ਸਾਨੂੰ ਰੇਤਾ ਘਟ ਚਾਹੀਦੀ ਹੋ ਤੀਜਾ ਸਾਨੂੰ ਬਜਰੀ ਘਟ ਚਾਹੀਦੀ ਬਜਰੀ ਖਾਨਾ ਕਹਿੰਨਾ ਹੁੰਦਾ ਮੈਂ ਤਾਂ ਉਹ ਘਟ ਚਾਹੀਦਾ ਹੋਗਾ ਡਿਮਾਂਡ ਘਟ ਗਈ ਮੁੱਲ ਕਿੱਥੋਂ ਵਧਾ ਦੇਣਗੇ ਸੰਧਾਲੀਆ ਸਾਹਿਬ ਅਸੀਂ ਐਵੇਂ ਹੀ ਸਾਰਾ ਪੰਜਾਬ ਛੱਤ ਛੱਤ ਕੇ ਤਾਂ ਚੱਕੀ ਜਾਂਦੇ ਨੇ ਨਹੀਂ ਗੱਲ ਠੀਕ ਹੈ ਦੇਖੋ ਪ੍ਰੈਕਟੀਕਲਿਟੀ ਦੀ ਮੈਂ ਗੱਲ ਕਰਾਂ ਜਿਹੜੇ ਘਰ ਪਹਿਲਾਂ ਹੁੰਦੇ ਸੀ ਨਾ ਆਪਣੇ ਜੀ ਵੀ ਉਹ ਜੇ ਪਰਿਵਾਰ ਵੱਡਾ ਦੇ ਪਿੱਛੇ ਗਿਆ ਦੋ ਕਮਰੇ ਫਿਰ ਤਿੰਨ ਕਮਰੇ ਜਾਂ ਚਾਰ ਕਮਰੇ ਇੱਕ ਸਾਈਡ ਤੇ ਸੋਈ ਇੱਕ ਸਾਈਡ ਤੇ ਬੈਠਕ ਜੀ ਵਿਚਾਲੇ ਵਿਹੜਾ ਜੇ ਕੋ ਗੁਸਲਖਾਨਾ ਬਾਸ ਨੂੰ ਦੇ ਪਰਾਂ ਬਾਹਰਲੇ ਗੇਟ ਦੇ ਨਾਲ ਜੇ ਬਣਾ ਲਿਆ ਹੈ ਨਾ ਇੱਕੋ ਹੀ ਵੇੜਾ ਬਹੁਤਾ ਕਰਕੇ ਕੱਚਾ ਜਾਂ ਵਿਚਾਲੇ ਰੁੱਖ ਜੇ ਰੁੱਖ ਵੱਡਾ ਤੇ ਦੂਰ ਰੁੱਖ ਉਹ ਫਿਰ ਵੀ ਪ੍ਰੈਕਟੀਕਲ ਜਾਂ ਹੁੰਦਾ ਵੀ ਜੇ ਮੰਨ ਲਓ ਛਾਵੇਂ ਬਹਿਣਾ ਤੇ ਬਾਹਰ ਵੇੜੇ ਜੀ ਬਿਠੇ ਗਲੀ ਚ ਜਾਣ ਦੀ ਲੋੜ ਨਹੀਂ ਜੀ ਜੇ ਮੰਨ ਲਓ ਇੱਟਾਂ ਬਾਲੇ ਵਾਲੀਆਂ ਛੱਤਾਂ ਇੱਕ ਦੋ ਤਪਦੀਆਂ ਘੱਟ ਸੀ ਗਾਰੇ ਵਾਲੀਆਂ ਚਣਾਈ ਸੀ ਉਹ ਵੀ ਨਹੀਂ ਕੰਨਾਂ ਤਪਦੀਆਂ ਬਿਜਲੀ ਦਾ ਖਰਚ ਘੱਟ ਸੀ ਤੇ ਦੂਜੀ ਗੱਲ ਇਹ ਵੀ ਉਹ ਇਹ ਵੀ ਨਹੀਂ ਜਾਵਦਾ ਹੁੰਦਾ ਵੀ ਯਾਰ ਹਾਂ ਅੱਜ ਮੰਨ ਲਓ ਵੀ ਕੋਈ ਚੀਜ਼ ਵੱਖਰੀ ਬਣਾਉਣੀ ਆ ਤੇ ਉਹ ਹੋ ਹੋ ਯਾਰ ਕਿਚਨ ਤੇ ਇੰਨੀ ਮਹਿੰਗੀ ਆ ਤੇ ਇੱਥੇ ਇਹਨਾਂ ਤੜਕਾ ਤੁੜਕਾ ਜਾਂ ਕੀ ਲਾਵਾਂਗੇ ਐ ਕਰੋ ਬਾਹਰੋਂ ਹੀ ਲਿਆਓ ਹੂੰ ਉੱਥੇ ਥੋੜਾ ਕੰਮ ਹੋਵੇ ਚੌਤਲੇ ਜਾ ਕੰਮ ਇੱਥੇ ਨਹੀਂ ਉਹਨਾਂ ਵਾਲੇ ਦੇ ਚੁੱਲੇ ਤੇ ਕਰ ਲਓ ਚੁੱਲੇ ਵਾਲਾ ਨਹੀਂ ਉਹਨਾਂ ਵਾਲੇ ਦੇ ਨਾਲ ਜ਼ਹੀ ਹੀ ਕਰ ਲਓ ਉਹ ਪ੍ਰੈਕਟੀਕਲ ਜੇ ਮੈਨੂੰ ਲੱਗਦਾ ਤੁਸੀਂ ਕੰਮ ਸਹੀ ਹੌਲੀ ਹੌਲੀ ਜਦੋਂ ਬਾਜ਼ਾਰ ਆਇਆ ਆਪਣੇ ਚ ਮੈਂ ਨਹੀਂ ਆਂਦਾ ਵੀ ਆਰਕੀਟੈਕਟ ਮਾੜੇ ਨੇ ਉਹ ਆਏ ਉਹਨਾਂ ਨੇ ਜਿੱਥੋਂ ਨਕਸ਼ੇ ਵੇਖੇ ਵੀ ਯਾਰ ਆਹ ਥੋੜਾ ਜਿਹਾ ਮਾਡਰਨ ਨੇ ਕੰਮ ਉਹਨਾਂ ਨੇ ਉਹ ਸ਼ਾਬਤਾ ਹੀ ਪਿੰਡ ਬਣਾ ਲਿਆ ਫਿਰ ਇੱਕ ਨੇ ਉਹਦੇ ਵਾਲ ਅਸੀਂ ਸਵਾਲ ਹੀ ਨਹੀਂ ਪੁੱਛਿਆ ਆਪਣੇ ਆਪ ਨੂੰ ਵੀ ਯਾਰ ਜੋ ਇਹ ਚੀਜ਼ ਆਈ ਇਹਦੀ ਸਾਨੂੰ ਲੋੜ ਹੈਗੀ ਕਿ ਨਹੀਂ ਹੈਗੀ ਸੰਧਾਲੀਆ ਸਾਹਿਬ ਮੈਂ ਅੱਜ ਚਲੋ ਕੋਈ ਬੰਦਾ ਕਹੂਗਾ ਯਾਰ ਕੋਈ ਕਈ ਬੰਦੇ ਕਹਿੰਦੇ ਉਹਦੇ ਭਾਜੋ ਫੇ ਪਿੰਡ ਨੂੰ ਭਾਜੋ ਇੱਥੇ ਹੀ ਕਰਦੇ ਹਾਂ ਹੂੰ ਕੋਈ ਬੰਦਾ ਕਹਿੰਦਾ ਯਾਰ ਤੁਸੀਂ ਗੱਲਾਂ ਮਾਰਦੇ ਇੱਥੇ ਪਿੰਡ ਆ ਕੇ ਦੇਖੋ ਸੰਧਾਲੀਆ ਸਾਹਿਬ ਮੌਕਾ ਕਈ ਵਾਰੀ ਮਿਲ ਜਾਂਦਾ ਤੁਹਾਡੇ ਨਾਲ ਵਧੀਆ ਥਾਂ ਤੇ ਰੋਟੀ ਖਾਣ ਦਾ ਕੁਝ ਸਾਦ ਲਵੇ ਤਾਂ ਹੂੰ ਜਿਹੜਾ ਸੁਆਦ ਇਸ ਗੱਲ ਤੋਂ ਬਾਅਦ ਫੇਰ ਟੈਲੀਫੋਨ ਆਇਣਾ ਕੋਈ ਫੇਰ ਲੈ ਕੇ ਚੱਲਾਂਗਾ ਮੈਂ ਆਪ ਜਿਹੜਾ ਸੁਆਦ ਚੌਂਕੇ ਦੇ ਕੋਲੇ ਬੈਠ ਕੇ ਬੰਦਾ ਜਦੋਂ ਕਹਿੰਦਾ ਨਾ ਅਮਰਜੀਤ ਚੁੱਲ੍ਹੇ 'ਚ ਰੱਖ ਕੇ ਰੋਟੀ ਨਾ ਕਰਾਰੀ ਕਰਿਓ ਜਿਹੜਾ ਸੁਆਦ ਉਹਦਾ ਦੋ ਕਰੀ ਬੰਦਾ ਫੇਆ ਝਾੜਦਾ ਸੁਆਹ ਉਹਦੀ ਫੇਰ ਮੰਨ ਲਓ ਕਿ ਤਰੀ ਬਣੀ ਐ ਕੋਈ ਯਾਨੀ ਅਸੀਂ ਤਾਂ ਆਲੂਆਂ ਦੀ ਕਈ ਸਬਜ਼ੀ ਕਹਿੰਦੇ ਅਸੀਂ ਦਾਲ ਹੀ ਕਹਿੰਦੇ ਅੱਜ ਤੱਕ ਮੈਨੂੰ ਨਹੀਂ ਪਤਾ ਕਿਉਂ ਬੰਦੇ ਨੂੰ ਜਿਹੜੀ ਕਿ ਲੋਡ ਹੁੰਦੀ ਐ ਦੋ ਕੁ ਮੁਰਗੇ ਮੈਦੇ ਦੇ ਮਾੜੀ ਤਰੀ ਪਾਇਓ ਜਾਂ ਦੋ ਕਾਲੂ ਪਾਇਓ ਜਾਂ ਦੋ ਕੋ ਗੋਭੀ ਦੇ ਫੁੱਲ ਐਨ ਸਟਿਓ ਯਾ ਇੱਕ ਛੋਟਾ ਕਰੇਲਾ ਦਿਓ ਉਹ ਸਾਹਮਣੇ ਪਤਾ ਹੁੰਦਾ ਕਿਹੜਾ ਕਰੇਲਾ ਖਾਣਾ ਹੂੰ ਜੋ ਤੁਸੀਂ ਟੇਬਲ ਤੇ ਬੈਠੇ ਹੋਨੇ ਨਾ ਜੋ ਉਹ ਲਿਆਉਂਦੇ ਤੁਸੀਂ ਉਹਦੇ ਵਿੱਚੋਂ ਹੀ ਦੇਖਦੇ ਹੋ ਕਿ ਭਾਈ ਕੀ ਖਾਣਾ ਕਿ ਨਹੀਂ ਖਾਣਾ ਸੰਧਾ ਵਾਲਿਆ ਸਾਹਿਬ ਇੱਕ ਗੱਲ ਹੋਰ ਹੈ ਸੈਲਡ ਖਾਣਨੇ ਆਪਾਂ ਬਹੁਤ ਵਧੀਆ ਪਰ ਉਥੋਂ ਹੀ ਘਰ ਦੀ ਕਿਆਰੀ ਚੋ ਪੱਟੀ ਮੂਲੀ ਜਿਹਦੇ ਨਾਲ ਹਰਾ ਹਰਾ ਜੇ ਪਿੱਛੇ ਲੱਗਾ ਹੋਵੇ ਉਹਨੂੰ ਧੋ ਕੇ ਉਦਾਂ ਹੀ ਰੱਖ ਕੇ ਉਹ ਜਿਹੜੀਆਂ ਜੜਾ ਜੀਆਂ ਧੋਖਲਾ ਕੇ ਆਲਦੋਣ ਉਹ ਨਾਲ-ਨਾਲ ਖਾਣ ਦਾ ਸਵਾਦ ਆ ਨਾ ਤੁਸੀਂ ਦੁਨੀਆ ਦਾ 5 ਸਟਾਰ ਹੋਟਲ ਲਬਲੋ ਕੋ ਸ਼ਲਬਲੋ ਤੁਹਾਨੂੰ ਨਹੀਂ ਆਉਣਾ ਹੂੰ ਇਹ ਦੇਖੋ ਇੱਕ ਗਲਤੀ ਹੈਗੀ ਆ ਹੁਣ ਇਹ ਵਿੱਚ ਵਿੱਚ ਇਹ ਨਾ ਕੋ ਕਹੇ ਕਿ ਯਾਰ ਤੁਸੀਂ ਨਾਲ ਦੀ ਨਾਲ ਸਾਡੇ ਦੇ ਵੀ ਤਵਾ ਲਾਈ ਰੇ ਆਹੇ ਆਪਾਂ ਵਿੱਚ ਹੀ ਆਉਣੇ ਸਾਰੇ ਜਾਣੇ ਨਾਲੀਆਂ ਤੁਹਾਡੇ ਆਪਾਂ ਕੋ ਵੱਖਰੇ ਨਹੀਂ ਹੈਗੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਆਪਣੇ ਚੋਂ ਨਿਕਲਦੇ ਆ ਆਪਾਂ ਚੁਣਦੇ ਆ ਜਿੱਦਾਂ ਦੇ ਆਪਾਂ ਬਣ ਗਏ ਉਦਾਂ ਦੇ ਮਕੈਨੀਕਲ ਜੀ ਗਾਂ ਪੋਲੀਟੀਸ਼ੀਅਨ ਚੁਣ ਲੇ ਜਿਹੜੇ ਗਲਾਸ ਦੇ ਵਿੱਚ ਮੈਂ ਮਾਫ ਕਰਨਾ ਰੋਕਣਾ ਨਹੀਂ ਸੀ ਤੁਸੀਂ ਚਾਹ ਪੀਨੇ ਹੋ ਦੁੱਧ ਪੀਨੇ ਹੋ ਪਾਣੀ ਪੀਨੇ ਹੋ ਤੁਹਾਡੇ ਘਰ ਕੋ ਸਿਆਸਤਦਾਨ ਆਉਂਦਾ ਉਸੇ ਗਲਾਸ ਦਿਓ ਹਾਂ ਉਹਨੂੰ ਥੋੜਾ ਜਿਹਾ ਮਹਿਸੂਸ ਹੋਏ ਸਪੈਸ਼ਲ ਟਰੀਟਮੈਂਟ ਨਹੀਂ ਬਾਸ ਇਹ ਜਿਹੜੇ ਆਪਣੇ ਵੱਖਰੇ ਕੱਪ ਆ ਨਾ ਚ ਜੂਸ ਵਾਲੇ ਗਲਾਸ ਸਾਰੀ ਉਮਰ ਉਹ ਸੋਫੇ ਤੇ ਨਹੀਂ ਬੈਠਣ ਦਿੰਦਾ ਇਹ ਪਰੌਣਿਆਂ ਵਾਲੇ ਲਿਆਂਦਾ ਹਾਂ ਜਿਹੜੇ ਜੂਸ ਆਲੇ ਗਲਾਸ ਹੈ ਜਿਹੜੇ ਪਰੌਣੇ ਵਾਲੇ ਆਪਾਂ ਉਹਨਾਂ ਨੂੰ ਛੱਡੀਏ ਥੋੜੇ ਜਿਹੇ ਸਾਦੇ ਹੋਈਏ ਕਿਤੇ ਆਪਣਾ ਜੀਵਨ ਥੋੜਾ ਜਿਹਾ ਸੌਖਾ ਹੋ ਜੇ ਜੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਵੀ ਯਾਰ ਅੱਛਾ ਮੇਰੇ ਕੋਲੇ ਆ ਨਹੀਂ ਹੈਗਾ ਫਲਾਨੇ ਕੋਲੇ ਆ ਹੈ ਕੋਈ ਫਰਕ ਨਹੀਂ ਕਿਉਂਕਿ ਜੇ ਗੱਡੀ ਆ ਚਾਰ ਟਾਇਰ ਹੈ ਤਾਂ ਚਾਰ ਟਾਇਰ ਸਾਰੀਆਂ ਦੀ ਹੈ ਜੀ ਉਹ ਸਿਰਫ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਵਿੱਚ ਤੇ ਜੇ ਮੰਨ ਲਓ ਤੁਹਾਡੇ ਅੰਦਰ ਕਰਾਮਾਤ ਆ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਤੁਸੀਂ ਜਹਾਜ਼ ਤੇ ਆਏ ਕਿ ਤੁਸੀਂ ਸਾਈਕਲ ਤੇ ਆਏ ਆ ਤੇ ਜੇ ਤੁਹਾਡੇ ਅੰਦਰ ਕਰਾਮਾਤ ਨਹੀਂ ਹੈਗੀ ਤੇ ਤਾਂ ਵੀ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਜਾਣਦੇ ਅਸੀਂ ਇੱਥੇ ਤੁਰਿਆ ਫਿਰਦਾ ਵੱਡਾ ਹੈ ਬਣਿਆ ਫਿਰਦਾ ਆ ਵੀ ਤੇ ਆਪਣੇ ਪੰਜਾਬੀ ਦਾ ਸੁਭਾਅ ਹੈ ਸੰਧਾਲੀਆਂ ਸਭ ਅੱਜ ਜਾਣ ਕੇ ਹੀ ਚੂਣਾ ਨਹੀਂ ਕੀਤੀਆਂ ਨਾ ਸਰਪੰਚੀ ਕੀਤੀ ਨਾ ਹਰਿਆਣਾ ਕੀਤਾ ਕੁਝ ਵੀ ਨਹੀਂ ਕੀਤਾ ਅੱਜ ਜਾਣ ਕੇ ਹੀ ਖਬਰਾਂ ਨਹੀਂ ਕੀਤੀਆਂ ਕਿਉਂਕਿ ਕਈ ਚੀਜ਼ਾਂ ਸਾਡੇ ਨਾਲ ਜੁੜੀਆਂ ਹੁੰਦੀਆਂ ਦਿਨੋਂ ਅੱਜ ਹੋ ਸਕਦਾ ਕਈ ਵਾਰੀ ਤੁਹਾਨੂੰ ਲੱਗੇ ਕਿ ਭਾਈ ਅਸੀਂ ਢਿੱਡੋ ਹੀ ਹੋਈ ਜਾਂਦੇ ਸੀ ਅੱਜ ਪਰ ਉਹ ਵੀ ਜ਼ਰੂਰੀ ਹੈ ਨਾ ਕਿਉਂਕਿ ਸਿਆਸਤਦਾਨਾਂ ਨੂੰ ਐ ਲੱਗਦਾ ਪੰਜਾਬ 'ਚ ਕੋਈ ਮੁੱਦਾ ਹੀ ਨਹੀਂ ਅਸੀਂ ਲੋਕਾਂ ਨੂੰ ਖਿੱਦੂ ਵਾਂਗੂ ਰੇੜੀ ਜਾਣਾ ਕਦੀ ਐ ਨੂੰ ਤੇ ਉਹਨੂੰ ਸਾਨੂੰ ਆਮ ਲੋਕਾਂ ਨੂੰ ਐ ਲੱਗਦਾ ਕਿ ਪਾਈ ਜੇ ਵੱਡਾ ਘਰ ਨਾ ਬਣਾਇਆ ਜੇ ਆਹ ਨਾ ਕੀਤਾ ਤਾਂ ਸਾਡੀ ਹੋਂਦ ਕੋਈ ਨਹੀਂ ਸਿਆਸਤਦਾਨਾਂ ਨੂੰ ਬਹੁਤਾ ਪੰਜਾਬ ਦੇ ਲੋਕਾਂ ਨੂੰ ਥੋੜਾ ਸਾਨੂੰ ਬਦਲਣਾ ਪਊਗਾ ਸਾਡੀਆਂ ਥੋੜੀਆਂ ਆਦਤਾਂ ਦਿਖਾਵੇ ਵਾਲੀਆਂ ਬਦਲਣੀਆਂ ਪੈਣਗੀਆਂ ਪ੍ਰੈਕਟੀਕਲ ਹੋ ਜਿਏ ਜ਼ਮੀਨੀ ਪੱਧਰ ਤੇ ਨਾਲ ਜੁੜ ਜਿਏ ਬਹੁਤੀਆਂ ਸਮੱਸਿਆਵਾਂ ਵਹੀ ਹੱਲ ਹੋ ਜਾਣੀਆਂ ਨਹੀਂ ਬੜਾ ਫਰਕ ਪੈ ਜਾਣਾ ਲੋਕਾਂ ਨੂੰ ਸਾਡੀ ਬੇਨਤੀ ਪਰਿਵਾਰ ਦੇ ਜੀਅ ਨੂੰ ਇਹ ਬੇਨਤੀ ਹੈ ਵੀ ਕਿਸੇ ਨੂੰ ਕਿਹੇ ਕੁਰਸੀ ਤੇ ਬਾਦ ਨੂੰ ਕਿਸ ਨੂੰ ਕਿਸ ਤੋਂ ਲਾ ਦੇਣ ਕੋਈ ਕਿਸੇ ਦੀ ਬਿਆਨ ਦੇ ਦੇਵੇ ਕੋਈ ਕਿਤੇ ਫਸ ਗਿਆ ਕਿਸੇ ਦੀ ਵੀਡੀਓ ਆ ਗਈ ਕਿਸੇ ਦੀ ਵੀਡੀਓ ਚੱਲ ਗਈ ਕਿਸੇ ਨੇ ਕੁਝ ਨਹੀਂ ਦੇਣਾ ਉਹ ਵੀ ਬੰਦੇ ਨੇ ਇੱਥੇ ਤੁਰੇ-ਵਿਰਦੇ ਨੇ ਕੱਲ ਆਪਾਂ ਕਿਸ ਨੂੰ ਜਾਣਦੇ ਸੀ ਅੱਜ ਉਹਨੂੰ ਨਹੀਂ ਜਾਣਦੇ ਜਾਂ ਕਿਸੇ ਨੂੰ ਅੱਜ ਨਹੀਂ ਜਾਣਦੇ ਕੱਲ ਨੂੰ ਪਤਾ ਨਹੀਂ ਉਹਨੇ ਕਿਹੜੀ ਕੁਰਸੀ ਤੇ ਬਹਿ ਜਾਣਾ ਇਹ ਰੂਟੀਨ ਆ ਪਰ ਆਪਾਂ ਉਹ ਦੇਖੀਏ ਵੀ ਜਿਹਦਾ ਫਰਕ ਸਿੱਧਾ ਆਪਣੀ ਜ਼ਿੰਦਗੀ ਤੇ ਪੈਂਦਾ ਜਾਂ ਆਪਣੇ ਨਿਆਣੇ ਦੀ ਜ਼ਿੰਦਗੀ ਤੇ ਪੈਂਦਾ ਗਵਾਂਡੀ ਦਾ ਸਿਰ ਨਹੀਂ ਪਾੜਨਾ ਨਾ ਕਿਸੇ ਲੀਡਰ ਦੇ ਕਹਿਣ ਤੇ ਨਾ ਕਿਸੇ ਦੇ ਚੱਕੇ ਚ ਕਾਏ ਭਾਜੀ ਕਹੇ ਕਿ ਪਛਾਣ ਨੂੰ ਹੋ ਜਾਓ ਚਾਹੇ ਧੱਕਾ ਵੀ ਕਰ ਜਾਏ ਆਪਾਂ ਨੂੰ ਪਤਾ ਹੀ ਹੁੰਦਾ ਉਹ ਕਿੰਨੇ ਕੁ ਜੋਗਾ ਤੇ ਆਪਾਂ ਕਿਨੇ ਖਜੋਤੀਆ ਗਵਰੰਟੀ ਦਾ ਸਿਰ ਨਹੀਂ ਪਾੜਨਾ ਬਸ ਹਾਂ ਮਤਲਬ ਉਦੋਂ ਅਗਲੇ ਦਾ ਪਾੜ ਦਈਏ ਨਹੀਂ ਨਹੀਂ ਮੈਂ ਭਈ ਦੋ ਘਰ ਛੱਡ ਕੇ ਜਦੋਂ ਆਉਂਦਾ ਚਲੋ ਚਲੀਏ ਜੀ ਫਿਰ ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ ਮਿਹਰਬਾਨੀ ਲਓ ਜੀ ਪ੍ਰੋਗਰਾਮ ਦੀ ਸਮਾਪਤੀ ਆ ਇਹ ਗੱਲਾਂ ਅੱਜ ਆਪਣੀਆਂ ਸੀ ਅੱਜ ਅਸੀਂ ਆਪਣੀਆਂ ਗੱਲਾਂ ਕਰ ਲਈਆਂ ਸਾਨੂੰ ਆਏ ਸੀ ਵੀ ਲੀਡਰਾਂ ਦੇ ਤਾਂ ਰੋਜ਼ ਹੀ ਕਰੀਦੀਆਂ ਕਿੱਦਾਂ ਲੱਗੀਆਂ ਇਹ ਵੀ ਦੱਸ ਦਿਓ ਹੁਣ ਦੇ ਇਜਾਜ਼ਤ ਦੇਖਦਰਾਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ